ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਆਗਿਆਪਾਲ ਸਿੰਘ ਬਾਠ ਔਰ ਪੌਲ ਬਾਠ ਔਰ ਮਾਈ ਟੀ ਵੀ ਦੇ ਸਟੂਡੀਓਜ਼ ਤੋਂ ਤੁਹਾਡਾ ਆਪਣਾ ਪ੍ਰੋਗਰਾਮ ਡੀ ਸੀ ਨਾਈਟ ਵਿਦ ਪੌਲ ਬਾਠ ਲੈ ਕੇ ਅੰਦਰ ਹਾਜ਼ਰ ਹੈ। ਔਰ ਮੇਰੇ ਨਾਲ ਅੱਜ ਉੱਚੇ ਤੌਰ 'ਤੇ ਸਤਾਰ ਪਵਨ ਸਿੰਘ, ਜੋ ਕਿ ਖੁਦ ਆਪਣਾ ਸ਼ੋਅ ਕਰਦੇ ਨੇ ਮਾਈ ਟੀ ਵੀ ਦੇ ਉੱਤੇ। ਇਹਨਾਂ ਦੇ ਸ਼ੋਅ ਦਾ ਨਾਂ ਹੈ ਜੀ ਮਾਈ ਸ਼ੋਅ ਮਾਈ ਲਾਈਫ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹੁੰਦਾ ਪਵਨ ਜੀ, ਵੈਲਕਮ ਟੂ ਡੀ ਸੀ ਨਾਈਟ ਵਿਦ ਪੌਲ ਬਾਠ। ਥੈਂਕ ਯੂ ਜੀ। ਅੱਜ ਦਾ ਵਿਸ਼ਾ ਸਾਰੇ ਵਿਊਜ਼ ਦੇ ਨਾਲ ਖਾਸ ਹੈ। ਚੇਚੇ ਤੌਰ 'ਤੇ ਪਿਛਲੇ ਹਫ਼ਤੇ 10 ਦਿਨਾਂ ਤੋਂ ਤੁਸੀਂ ਸਾਰੇ ਹੀ ਜਿੱਥੇ ਵੀ ਦੁਨੀਆਂ ਦੇ ਕੋਨੇ 'ਚ ਬੈਠੇ ਹੋ ਉਸ ਵਿਸ਼ੇ ਦੇ ਨਾਲ ਜੁੜੇ ਹੋਏ ਹੋ, ਕਿਉਂਕਿ ਉਹ ਸਾਡੀ ਰੂਹ ਨੂੰ, ਸਾਡੀ ਆਤਮਾ ਨੂੰ, ਸਾਡੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਟੱਚ ਕਰਦਾ। ਹਰ ਲਗਭਗ ਹਰ ਰੇਡੀਓ, ਹਰ ਚੈਨਲ, ਟੀ ਵੀ ਚੈਨਲ 'ਤੇ ਤੁਸੀਂ ਉਹ ਪ੍ਰੋਗਰਾਮ ਕਿਤੇ ਨਾ ਕਿਤੇ ਡਿਸਕਸ ਹੁੰਦਾ ਜ਼ਰੂਰ ਦੇਖਿਆ। ਸੋ ਵੀ ਡਿਸਾਈਡਡ ਟੂ ਗਿਵ ਇਟ ਅ ਡਿਫਰੈਂਟ ਲੁੱਕ। ਅਸੀਂ ਪੰਜਾਬ ਬਾਰੇ ਬੜੇ ਚਿੰਤਤ ਹੈ, ਲੇਕਿਨ ਅਸੀਂ ਵਾਸੀ ਹੋਰ ਦੇਸ਼ਾਂ ਦੇ ਹਾਂ। ਅਸੀਂ ਅਮੈਰੀਕਾ ਬੈਠੇ ਹਾਂ, ਗੁਆਂਢ ਦੇਸ਼ਾਂ ਦਾ ਅਮੈਰੀਕਾ, ਦੁਨੀਆਂ ਦੇ ਹਰ ਕੋਨੇ 'ਚ ਪੰਜਾਬੀ ਬੈਠਾ। ਕੀ ਅਸੀਂ ਸਿਰਫ ਪੰਜਾਬ ਬਾਰੇ ਚਿੰਤਤ ਹੋਣਾ, ਜਾਂ ਜੋ ਪੰਜਾਬ 'ਚ ਹੋ ਰਿਹਾ ਉਹ ਸਾਡੇ ਬਾਹਰ ਬੈਠਿਆਂ ਨਾਲ ਵਾਪਰੇ, ਉਹਦੇ ਬਾਰੇ ਵੀ ਅਸੀਂ ਵਿਚਾਰ ਕਰਨਾ। ਸੋ ਅੱਜ ਆਪਾਂ ਡਿਸਕਸ ਕਰਨਾ ਔਰ ਸੋਸਾਇਟੀ ਹੇਅਰ, ਸਾਡੇ ਇੱਥੇ ਜਿਹੜੇ ਡਰੱਗਸ ਨੇ ਸਾਡੀ ਕਮਿਊਨਿਟੀ ਕਿੱਥੇ ਤੱਕ ਬੜੇ ਨੇ, ਅਤੇ ਉਹਦੇ ਨਾਲ ਮੈਂ ਡਿਸਕਸ ਕਰਾਂਗਾ ਕਿ ਪੰਜਾਬ ਬਾਰੇ ਜਿਹੜੀ ਸਿਚੁਏਸ਼ਨ ਹੈ ਉਹਨੂੰ ਵੀ ਆਪਾਂ ਟੱਚ ਕਰਨਾ। ਸੋ ਪਵਨ ਜੀ, ਸਭ ਤੋਂ ਪਹਿਲਾਂ ਕਿ ਆਪਾਂ ਜਦੋਂ ਡਰੱਗਸ ਦੀ ਗੱਲ ਕਰਦੇ ਹਾਂ, ਦੇ ਵਿਸ਼ਾ ਇਜ਼ ਵਾਰ ਔਨ ਡਰੱਗਸ। ਹਾਂਜੀ। ਸੋ ਡਰੱਗ ਦੇ ਖੇਤਰ ਦੇ ਵਿੱਚ ਆਪਾਂ ਸਿਰਫ ਸਿਰਫ ਅੱਜ ਕੱਲ੍ਹ ਚਿੱਟੇ ਦੀ ਗੱਲ ਕਰਦੇ ਹਾਂ। ਹਾਂਜੀ। ਵਟ ਯੂ ਸੇ ਕਿ ਹੋਰ ਕਿੰਨੇ ਡਰੱਗ ਨੇ ਇੱਥੇ? ਦੇਖੋ, ਡਰੱਗ ਦੇ ਕਿਸੇ ਵੀ ਤਰ੍ਹਾਂ ਦੀ ਹੈ, ਜਿਹੜੀ ਵੀ ਕੋਈ ਚੀਜ਼ ਲੋੜ ਤੋਂ ਵੱਧ ਖਾਧੀ ਜਾਵੇ ਤੇ ਉਹ ਸਾਡੀ ਸਿਹਤ ਲਈ ਹਾਨੀਕਾਰਕ ਆ। ਆਪਾਂ ਗੱਲ ਕਰਦੇ ਹਾਂ ਫੂਡ ਦੀ, ਜਦੋਂ ਫੂਡ ਬ੍ਰੇਕਡਾਊਨ ਹੁੰਦਾ ਹੈ, ਸਿੰਪਲ ਸ਼ੂਗਰਸ ਬ੍ਰੇਕਡਾਊਨ ਹੁੰਦੀਆਂ ਨੇ, ਤੇ ਉਹ ਵੀ ਮਤਲਬ ਉਦੋਂ ਨਸ਼ੇ ਦਾ ਹੀ ਕੰਮ ਕਰਦੀਆਂ ਜੀ, ਠੀਕ ਹੈ ਨਾ। ਸੋ ਲੋੜ ਤੋਂ ਵੱਧ ਖਾਣਾ ਵੀ ਜਿਹੜਾ ਹੈ ਉਹ ਸਾਡੀ ਸਿਹਤ ਲਈ ਹਾਨੀਕਾਰਕ ਹੈ। ਪਰ ਇਹਦੇ ਨਾਲ ਨਾਲ ਆਪਾਂ ਜਦੋਂ ਡਰੱਗਸ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਆਪਾਂ ਨੂੰ ਪੰਜਾਬੀ ਕਲਚਰ ਨੂੰ ਸਮਝਣ ਦੀ ਲੋੜ ਹੈ। ਔਰ ਜਿਹੜੇ ਲੋਕਾਂ ਨੇ ਪੰਜਾਬੀ ਕਲਚਰ ਇੱਕ ਗਲਤ ਤਰੀਕੇ ਨਾਲ ਪ੍ਰਜੈਂਟ ਕੀਤਾ ਹੈ, ਜਾਂ ਗਲਤ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਕੇ ਉੱਪਰ ਲੈ ਕੇ ਆਏ ਨੇ। ਹੁਣ ਆਪਾਂ ਗੱਲ ਕਰਦੇ ਹਾਂ ਯੂਥ ਦੀ, ਕਿ ਯੂਥ ਅੱਜ ਨਸ਼ੇ 'ਤੇ ਲੱਗਾ ਹੋਇਆ, ਪਰ ਕੀ ਜਿਹੜੀਆਂ ਯੂਥ ਤੋਂ ਪਹਿਲਾਂ ਵਾਲੀਆਂ ਪੀੜ੍ਹੀਆਂ ਸੀ ਉਹ ਨਸ਼ੇ 'ਤੇ ਨਹੀਂ ਸੀ ਲੱਗੀਆਂ? ਐਗਜੈਕਟਲੀ, ਠੀਕ ਹੈ ਨਾ। ਆਪਾਂ ਗੱਲ ਕਰਾਂਗੇ, ਇੱਕ ਬੜਾ ਗਾਣਾ ਹੈ ਜੀ, ਸਾਰੇ ਜਿੰਨੇ ਵੀ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਵਾਲੇ ਨੇ, ਤੁਹਾਡੀ ਪੀੜ੍ਹੀ ਜਾਂ ਤੁਹਾਡੇ ਵੀ ਬਜ਼ੁਰਗ ਜੋ ਨੇ, ਉਹ ਗਾਣਾ ਲਵਾ ਕੇ ਬਹੁਤ ਆਮ ਤੌਰ 'ਤੇ ਨੱਚਦੇ ਨੇ ਜੀ, ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਦੇਖੋ ਕੀ ਇਹ ਡਰੱਗਸ ਨਹੀਂ ਗੀਆਂ? ਪੰਜਾਬ ਨੂੰ ਤੁਸੀਂ ਡਰੱਗਸ ਦੇ ਵੱਲ ਨੂੰ ਆਪ ਰੋੜ ਕੇ ਲੈ ਕੇ ਜਾ ਰਹੇ ਹੋ, ਠੀਕ ਹੈ। ਘਰ ਦੀ ਕੱਢੀ ਦਾਰੂ, ਜਾਣੀ ਕਿ ਜਦੋਂ ਆਪਾਂ ਗੱਲ ਕਰਦੇ ਜੀ ਗਵਰਨਮੈਂਟ ਟੈਕਸ ਲਾ ਰਹੀ ਹੈ, ਹੁਣ ਘਰ ਦੀ ਕੱਢੀ ਦਾਰੂ ਤਾਂ ਤੁਸੀਂ ਕੱਢੋਗੇ ਨਾ? ਐਗਜੈਕਟਲੀ, ਇਹੀ ਮੇਰਾ ਵਿਸ਼ਾ ਸੀਗਾ ਕਿ ਅਸੀਂ ਗੱਲ ਚਿੱਟੇ ਦੀ ਗੱਲ ਕਰਦੇ ਹਾਂ, ਅਸੀਂ ਹੋਰ ਹਾਰਡ ਡਰੱਗਸ ਦੀ ਗੱਲ ਕਰਦੇ ਹਾਂ। ਫੀਮ ਫੀਮ ਅੱਜ ਕੱਲ੍ਹ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਸੁਸਾਇਟੀ ਦੇ ਇੱਕ ਆਮ ਦਵਾਈ ਦੀ ਤਰ੍ਹਾਂ ਵਰਤੋਂ ਕਰਨ ਲੱਗ ਪਏ। ਬਿਲਕੁਲ। ਐਗਜੈਕਟਲੀ। ਔਰ ਸਭ ਤੋਂ ਵੱਡਾ ਜਿਹੜਾ ਉਹ ਹੈ ਸਾਡੀ ਦਾਰੂ, ਹਾਂਜੀ, ਸ਼ਰਾਬ, ਜਿਹੜੀ ਇੱਥੇ ਵੀ ਤੁਸੀਂ ਯੂਥ ਦੇ ਵਿੱਚ ਔਰ ਲੋਕਾਂ 'ਚ ਦੇਖਦੇ ਹੋ, ਪੰਜਾਬ 'ਚ ਵਰਤਿਆ ਦੇ, ਕਿਉਂਕਿ ਪੰਜਾਬ 'ਚ ਹੋਰ ਬੜੇ ਹਾਰਡ ਡਰੱਗਸ ਨੇ ਜਿਹਨਾਂ ਦੇ ਬਾਰੇ ਅਸੀਂ ਚਿੰਤਤ ਹੈ, ਲੋਕ ਉਹਦੀ ਗੱਲ ਕਰਦੇ ਨੇ। ਸੋ ਮੈਂ ਚਾਹਾਂਗਾ ਕਿ ਲੈਟਸ ਟੱਚ ਅਮੈਰੀਕਨ ਕਲਚਰ। ਤੁਸੀਂ ਯੂਥ ਵਾਲੇ ਹੋ, ਅੱਜ ਯੰਗ ਕਰਾਊਡ ਦੇ ਵਿੱਚ ਸਾਡੀ ਜਿਹੜੀ ਤੁਹਾਡੀ ਜਨਰੇਸ਼ਨ ਹੈ ਜਾਂ ਤੁਹਾਡੇ ਤੋਂ ਅੱਗੇ ਬੱਚੇ ਨੇ, ਤੁਹਾਨੂੰ ਕੀ ਲੱਗਦਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਬਣ ਸਕਦੀ? ਦੇਅਰ ਹੈਬਿਟਸ ਐਂਡ ਵਟ ਦੇ ਜਨਰਲੀ ਡੂ ਇਨ ਦੇ ਡੇਲੀ ਲਾਈਫ। ਕਿਉਂਕਿ ਜਿਹੜੀ ਤੁਹਾਡੀ ਪੀੜ੍ਹੀ ਆਈ, ਤੁਸੀਂ ਆ ਕੇ ਸਟਰਗਲ ਕੀਤੀ, ਰਾਈਟ? ਹਾਂਜੀ। ਸਟਰਗਲ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਸੀਗਾ ਕਿ ਮੈਂ ਆਪਣੇ ਜਿਹੜਾ ਬੱਚੇ ਆ ਉਹਨਾਂ ਨੂੰ ਇੱਕ ਚੰਗਾ ਭਵਿੱਖ ਦੇ ਸਕਾਂ, ਨਾਲ ਦੀ ਨਾਲ ਤੁਹਾਨੂੰ ਇਹ ਵੀ ਸੀਗਾ ਕਿ ਮੈਂ ਆਪਣੇ ਬਜ਼ੁਰਗਾਂ ਨੂੰ ਵੀ ਸੁੱਖ ਦੇ ਸਕਾਂ। ਸਾਡੇ ਕੋਲ ਤਾਂ ਇੰਨਾ ਸੀ ਨਾ ਵੀ ਕੰਮ ਕਰਕੇ ਥੱਕੇ ਟੁੱਟੇ ਆਏ ਹਾਂ, ਠੀਕ ਹੈ, ਬੀਅਰ ਪੀ ਲਈ, ਇੱਕ ਪੈਗ ਲੈ ਗਿਆ, ਸੌਂ ਗਏ, ਸਵੇਰ ਨੂੰ ਫਿਰ ਸ਼ਿਫਟ 'ਤੇ ਕੰਮ ਜਾਣਾ। ਵੀ ਡਿਡਨਟ ਹੈਵ ਦ ਟਾਈਮ ਟੂ ਸੋਸ਼ਲਾਈਜ਼ ਆਊਟ ਦੇਅਰ। ਹਾਂਜੀ, ਕਿਉਂਕਿ ਗੱਲ ਚਲੋ ਆਪਾਂ ਕਰਦੇ ਹਾਂ ਉਹ ਵੀ ਦਾਰੂ ਦੀ, ਕਿ ਜੇ ਰੋਜ਼ ਸਰੀਰ ਨੂੰ ਲੋੜ ਹੈ ਉਸਦੀ, ਜੇ ਤਾਂ ਤੁਸੀਂ ਕਿਹਾ ਕਿ ਸ਼ਾਮ ਨੂੰ ਬੰਦਾ ਪੈਗ ਲਾ ਕੇ ਸੌਂਦਾ ਹੈ, ਫਿਰ ਉਹ ਵੀ ਸਾਡੀ ਕਮਜ਼ੋਰੀ ਹੈ, ਉਸ ਕਮਜ਼ੋਰੀ ਨੂੰ ਵੀ ਅਸੀਂ ਦੂਰ ਕਰੀਏ। ਕਿਉਂਕਿ ਮੈਂ ਯੂ ਨੋ ਬੀਂਗ ਅ ਸਿੱਖ, ਮੈਂ ਤਾਂ ਇਹੀ ਕਹਾਂਗਾ ਕਿ ਗੁਰੂ ਦੇ ਮਾਰਗ 'ਤੇ ਚੱਲਣਾ ਚਾਹੀਦਾ, ਕਿਉਂਕਿ ਉਸ ਤੋਂ ਅਸੀਂ ਬਚੇ ਰਹਿੰਦੇ ਹਾਂ। ਪਰ ਜਿਹੜੀ ਤੁਹਾਡੇ ਵਾਲੀ ਪੀੜ੍ਹੀ ਸੀਗੀ ਉਹ ਬਿਜ਼ੀ ਇੰਨੇ ਕੁ ਜ਼ਿਆਦਾ ਸੀਗੇ ਕਿ ਉਹਨਾਂ ਪਿੱਛੇ ਵੀ ਪੈਸੇ ਭੇਜਣੇ, ਨਾਲ ਨਾਲ ਇਹ ਵੀ ਸੀਗਾ ਕਿ ਆਪਣੇ ਇੱਥੇ ਜਿਹੜੇ ਕਾਗਜ਼ਾਤ ਪੂਰੇ ਕਰਕੇ ਪਰਿਵਾਰ ਨੂੰ ਵੀ ਇੱਥੇ ਲੈ ਕੇ ਆਉਣਾ, ਸਟਰਗਲ ਕੀਤੀ ਉਹਨਾਂ ਨੇ, ਠੀਕ ਹੈ। ਹੁਣ ਜਿਹੜੀ ਸਾਡੇ ਵਾਲੀ ਪੀੜ੍ਹੀ ਹੈ ਉਹਨੂੰ ਪਿੱਛੇ ਦੀ ਸਟਰਗਲ ਕਰਨ ਦੀ ਤਾਂ ਕੋਈ ਚਿੰਤਾ ਨਹੀਂ, ਉਹਨਾਂ ਨੂੰ ਇੱਥੇ ਆਪਣੀ ਵੀ ਗਾਂ ਪਤਾ ਹੈ ਕਿ ਮਾਂ ਪਿਓ ਨੇ ਇਨਫ ਪੈਸਾ ਆਪਣੇ ਆਪ ਲਈ ਜੋੜਿਆ ਹੈ ਕਿ ਸਾਨੂੰ ਮਾਂ ਪਿਓ ਦੀ ਚਿੰਤਾ ਕਰਨ ਦੀ ਬੜੀ ਕੋਈ ਲੋੜ ਹੈ ਨਹੀਂ ਫਾਈਨੈਂਸ਼ੀਅਲੀ। ਮੈਂ ਇੱਥੇ ਤੁਹਾਨੂੰ ਰੋਕਣ ਲੱਗਾ, ਕਿਉਂਕਿ ਵਿਊਜ਼ ਨੂੰ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ। ਹਾਂਜੀ। ਦਿਸ ਇਜ਼ ਲਾਈਕ ਅ ਡਿਸਕਸ਼ਨ ਸ਼ੋਅ ਅੱਜ ਆਪਣਾ ਜਿਹੜਾ।
ਮੈਨੂੰ ਚੇਤੇ ਹੈ ਕਿ ਮੈਂ ਨਵੇਂ ਸਾਲ 81 ਨੂੰ ਅਮਰੀਕਾ ਆਇਆ ਐਜ਼ ਅ ਸਟੂਡੈਂਟ। ਹਾਂਜੀ 83 ਦੇ ਵਿੱਚ ਮੈਨੂੰ ਫ੍ਰੈਸਨੋ ਏਰੀਆ 'ਚੋਂ ਮੇਰੇ ਚੰਦ ਦੋਸਤਾਂ ਨੇ ਕਿਹਾ ਕਿ ਅਸੀਂ ਵੈਨਕੂਵਰ ਦੇ ਵਿੱਚ ਇੱਕ ਪੰਜਾਬੀ ਮੇਲੇ 'ਤੇ ਕੰਪੀਟੀਸ਼ਨ ਲੜਨ ਜਾ ਰਹੇ ਹਾਂ ਵਾਲੀਬਾਲ ਦੀ, ਅਤੇ ਤੂੰ ਜਾ ਕੇ ਐਥਲੈਟਿਕਸ ਬੀਂਗ ਐਥਲੀਟ ਤੂੰ ਪਾਰਟੀਸਪੇਟ ਕਰ। ਠੀਕ ਹੈ। ਸੋ ਮੈਂ ਐਥਲੀਟ ਸੀਗਾ, ਮੈਂ ਉੱਥੇ ਪਾਰਟੀਸਪੇਟ ਕਰਨ ਗਿਆ ਤਾਂ ਉੱਥੇ ਮੇਰੇ ਰੈਲੇਟਿਵਸ ਓਬਵੀਅਸਲੀ ਕਿ ਕੁਛ, ਤਾਂ ਸ਼ਾਮ ਨੂੰ ਮੇਲੇ ਦੇ ਵਿੱਚ ਕੁਛ ਸਾਡੇ ਯੰਗ ਬੱਚੇ, ਅਗਲੀ ਜਨਰੇਸ਼ਨ ਜਿਹਦੀ ਪੀੜ੍ਹੀ ਤੁਸੀਂ ਗੱਲ ਕਰੋ, ਇਕੱਠੇ ਹੋ ਕੇ ਆਏ ਅਤੇ ਉਹ ਗੱਲ ਕਰਨ, ਗੱਲਾਂ 'ਚੋਂ ਪਤਾ ਲੱਗਿਆ ਕਿ ਉਹ ਗੋਰਿਆਂ ਨੂੰ ਕੁੱਟ ਕੇ ਆਏ। ਇਹਦੇ ਵਾਰ ਸੋ ਪ੍ਰਾਊਡ, ਮੈਂ ਕਿਹਾ ਯਾਰ ਤੁਸੀਂ ਕਿਉਂ ਲੜ ਕੇ ਆਏ ਹੋ, ਕਿਉਂ ਕੁੱਟ ਰਹੇ ਹੋ? ਕਹਿੰਦਾ ਜੀ, ਮੈਂ ਕਿਹਾ ਕੋਈ ਜੇਲ੍ਹ ਹੋ ਜੂ ਤੁਹਾਨੂੰ, ਕੋਈ ਸਜ਼ਾ ਜੂ? ਕਹਿੰਦਾ ਸਾਨੂੰ ਕਾਹਦਾ ਫਿਕਰ, ਇੱਥੇ ਜੰਪਲ ਹੈ, ਇੱਥੋਂ ਵੱਧ ਤੋਂ ਵੱਧ ਜੇਲ੍ਹ ਛੱਡਦੇ ਨੇ, ਸਾਨੂੰ ਕਿਹੜਾ ਦੇਸ਼ 'ਚੋਂ ਬਾਹਰ ਕੱਢਣਾ, ਨਾਲੇ ਉਹਨਾਂ ਸਾਡੇ ਗੋਰਿਆਂ ਨੇ ਸਾਡੇ ਬਾਪੂ ਨੂੰ ਬੜਾ ਤੰਗ ਕੀਤਾ, ਅਸੀਂ ਉਹ ਬਦਲ ਲੈ ਕੇ ਆਏ ਹਾਂ। ਸੋ ਇਹ ਜਿਹੜੀ ਸੋਚ ਹੈ, ਇਹ ਸੋਚ ਅਗਲੀ ਪੀੜ੍ਹੀ ਦੇ ਵਿੱਚ ਵੀ ਇੱਕ ਬਿਮਾਰੀ ਦੀ ਬਣ ਕੇ ਉਦੋਂ ਦੀ ਪਹੁੰਚਣੀ ਸ਼ੁਰੂ ਹੋਈ ਹੈ। ਕਹਿ ਰਹੀ ਹੋਵੇ ਜੀ, ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਯੰਗਰ ਜਨਰੇਸ਼ਨ ਦੀ, ਕਿ ਉਹਨਾਂ ਨੂੰ ਆਪਣੇ ਆਪ ਦਾ ਕਰਨ ਦਾ ਹੀ ਫਿਕਰ ਹੈ, ਠੀਕ ਹੈ ਨਾ? ਸੋ ਦੇ ਵਾਂਟ ਟੇਕ ਦੇਅਰ ਟਾਈਮ, ਵਿਚ ਇਜ਼ ਫਾਈਨ, ਬਟ ਐਟ ਦ ਸੇਮ ਟਾਈਮ ਦੇ ਆਰ ਐਕਸਪੈਰੀਮੈਂਟਿੰਗ ਵਿਦ ਡਰੱਗਸ। ਕਿਉਂਕਿ ਅੱਜ ਆਪਣੀ ਕਮਿਊਨਿਟੀ ਸਿਰਫ ਪੰਜਾਬ ਦੇ ਡਰੱਗਸ ਬਾਰੇ ਗੱਲ ਕਰ ਰਹੀ ਹੈ, ਅੱਜ ਅਸੀਂ ਬਾਹਰ ਬੈਠਿਆਂ ਦੀ ਗੱਲ ਨਹੀਂ ਕਰ ਰਹੇ। ਠੀਕ ਹੈ, ਉੱਥੇ ਦੀ ਹਕੂਮਤ ਉਵੇਂ ਦੀ ਹੈ, ਉਹ ਪੰਜਾਬ ਨੂੰ ਫਾਈਨੈਂਸ਼ਲੀ ਹਰਟ ਕਰਨਾ ਚਾਹੁੰਦੀ ਨੇ, ਫਿਜ਼ੀਕਲੀ ਮਤਲਬ ਉਹ ਚਾਹੁੰਦੇ ਨੇ ਕਿ ਪੰਜਾਬੀ ਵੀਕ ਹੋਣ, ਨੋ ਡਾਊਟ ਅਬਾਊਟ ਦੈਟ। ਠੀਕ ਹੈ, ਉਹ ਗੱਲ ਤਾਂ ਹੈ ਹੀ ਆ, ਪਰ ਉਹਦੇ ਨਾਲ ਜਿਹੜੀ ਪਰਸਨਲ ਸਾਡੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਅਸੀਂ ਬਾਹਰ ਵੱਸਦੇ ਵੀ, ਮੈਂ ਦੇਖਦਾ ਹਾਂ ਕਿ ਪਰਿਵਾਰਾਂ ਦੇ ਵਿੱਚ ਮਿਲੀਦਾ ਵਰਤੀਦਾ ਹੈ, ਅਤੇ ਛੋਟੇ ਠੇਕੇ ਜਿੰਨੀ ਸ਼ਰਾਬ ਤਾਂ ਬੇਸਮੈਂਟ 'ਚ ਪਈ ਹੁੰਦੀ ਹੈ, ਕੀ ਉਹ ਡਰੱਗਸ ਨਹੀਂ ਗਈਆਂ? ਦੈਟ ਇਜ਼ ਅ ਡਰੱਗ, ਦੈਟ ਇਜ਼ ਅ ਵੀਕਨੈਸ, ਦੈਟ ਡਸ ਟੇਕ ਯੂ ਟੂ ਡੂ ਥਿੰਗਸ ਦੈਟ ਯੂ ਵੁੱਡ ਨਾਟ ਡੂ ਵੈਨ ਯੂ ਆਰ ਸੋਬਰ, ਬੈਡ ਥਿੰਗਸ। ਅਤੇ ਉਸ ਦੇ ਨਾਲ ਨਾਲ ਜਿਹੜੇ ਸਾਡੇ ਬੱਚੇ ਨੇ, ਉਹ ਕਹਿ ਲਓ ਕਿ ਬਾਰਡਰ ਲਾਈਨ ਐਲਕੋਹੋਲਿਕ ਨੇ ਇਨ ਮੈਨੀ ਕੇਸਿਸ, ਐਂਡ ਦੀਜ਼ ਆਰ ਨਾਟ ਦੀ uneducated people with no hope, these are our kids who are going to college, going into reputable good colleges, who are studying medical or some of the other tougher fields, and yet they are getting drunk, they're doing bar hopping where they go to one bar, they drink, and then they get drunk and try to go to the next bar, and they're even more drink, and here's where it becomes a deadly combination. Many times they're not just drinking, they're driving at the same time. Bar hopping the loves in the birthday dip sade Punjabi viewers ne ਇੰਗਲਿਸ਼ ਤੋਂ ਨਹੀਂ ਇੰਨੇ ਜਾਣੋ, ਅਤੇ ਮੈਂ ਦੱਸ ਦਿਆਂ ਕਿ ਇੱਕ ਬਾਰ ਜਾ ਕੇ ਦਾਰੂ ਪੀਣੀ, ਫਿਰ ਗੱਡੀ 'ਚ ਬੈਠਣਾ, ਫਿਰ ਦੂਜੀ ਥਾਂ 'ਤੇ ਜਾ ਕੇ ਦੂਜੇ ਬਾਰ 'ਚ ਦਾਰੂ ਪੀਣੀ, ਔਰ ਰਾਤ ਨੂੰ 5-7 ਵਾਰੀ ਤਾਂ ਇਹਨਾਂ ਨੇ ਕਰਨਾ ਹੀ ਕਰਨਾ ਜੀ। ਸੋ ਹਰ ਵਾਰੀ ਸਰੀਰ 'ਚ ਵੱਧ ਨਸ਼ਾ, ਹਰ ਡਰਾਈਵ ਕਰਦੇ ਨੇ। ਸੋ ਔਰ ਉਸ ਤੋਂ ਬਾਅਦ ਜਦੋਂ, ਕਿਉਂਕਿ ਮਤਲਬ ਕਿ ਕਹਿੰਦੇ ਹੁੰਦੇ ਗੋਲੀ ਅੰਦਰ ਦਮ ਜਲੰਧਰ, ਜਦੋਂ ਦਾਰੂ ਅੰਦਰ ਜਾਂਦੀ ਹੈ ਤਾਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦੇ ਨੇ, ਫਿਰ ਇਹ ਕਹਿੰਦੇ ਨੇ ਕਿ ਮੈਂ ਆਹ ਵੀ ਕਰ ਸਕਦਾ, ਮੈਨੂੰ ਪਰਵਾਹ ਕੋਈ ਨਹੀਂ, ਮੈਂ ਉਹ ਵੀ ਕਰ ਸਕਦਾ। ਹਾਂਜੀ, ਪੂਲ 'ਚ ਛਾਲ ਮਾਰਨਗੇ, ਡੁੱਬ ਕੇ ਮਰ ਸਕਦੇ ਆ। ਉਸ ਤੋਂ ਇਲਾਵਾ ਜਿਹੜੀ ਮਤਲਬ ਇੰਟਰਨਲੀ ਇਹਨਾਂ ਨੂੰ ਮਤਲਬ ਬਾਡੀ ਜਿਹੜੀ ਹਰਟ ਹੋ ਰਹੀ ਆ, ਉਸ ਚੀਜ਼ 'ਤੇ ਫੋਕਸ ਨਹੀਂ ਕਰਦੇ। ਹੈਰਾਨੀ ਦੀ ਗੱਲ ਇਹ ਹੈ ਕਿ ਬਾਇਓਲੋਜੀ ਮੇਜਰ ਦੇ ਬੱਚੇ ਜਿਹੜੇ ਨੇ, ਉਹ ਖੁਦ ਡਰੱਗਸ ਕਰਦੇ ਨੇ, ਦੇ ਨੋ ਐਗਜੈਕਟਲੀ ਵਟ ਦੈਟ ਐਲਕੋਹੋਲ ਇਜ਼ ਡੂਇੰਗ ਟੂ ਦੇਅਰ ਬਾਡੀ, ਰਾਈਟ? ਬਟ ਦੇ ਸਟਿਲ ਡੋਨਟ ਵਾਂਟ ਟੂ ਹੋਲਡ ਥੈਮਸੈਲਵਸ ਰਿਸਪੋਨਸਿਬਲ। ਪਵਨ ਜੀ, ਮੈਂ ਇੱਕ ਪੇਰੈਂਟ ਹੈ, ਔਰ ਰਿਐਲਿਟੀ ਆਫ ਲਾਈਫ ਹੈਗੀ ਹੈ, ਸੱਚ ਪ੍ਰਤੱਖ ਤੇ ਖੜਾ ਹੈ ਕਿ ਮੀਆਂ ਬੀਬੀ ਦੇ ਵਿੱਚੋਂ ਜਿਹੜਾ ਪਾਰਟਨਰ ਚੀਟ ਕਰ ਰਿਹਾ ਹੁੰਦਾ, ਉਹਦੇ ਪਾਰਟਨਰ ਇਜ਼ ਦਾ ਲਾਸਟ ਪਰਸਨ ਟੂ ਕਿ ਮੇਰਾ ਪਾਰਟਨਰ ਮੇਰੇ ਪ੍ਰਤੀ ਬੇਵਫਾਈ ਦਿਖਾ ਰਿਹਾ ਜੀ। ਇਸੇ ਤਰ੍ਹਾਂ ਸਾਡੇ ਬੱਚੇ, ਸਾਡੀ ਨਿਗਾਹ ਸਾਨੂੰ ਬਹੁਤ ਚੰਗੇ ਨੇ, ਬਟ ਵੀ ਹੈਵ ਨੋ ਆਈਡੀਆ ਕਿ ਵਟ ਦੇ ਡੂਇੰਗ। ਮੈਜੋਰਟੀ ਆਫ ਅਸ ਸਾਡੇ ਬੱਚੇ ਨੂੰ ਤਾਂ ਕਰਦੇ ਨਹੀਂ, ਪਰ ਯੂ ਲੁੱਕ ਅਰਾਊਂਡ, ਯੂ ਸੀ ਅਦਰ ਪੀਪਲਸ ਕਿਡਸ ਡੂਇੰਗ ਇਟ, ਬਟ ਓਬਵੀਅਸਲੀ ਸਾਡੇ ਬੱਚੇ ਕਰਦੇ ਹੋਣਗੇ। ਸੋ ਜਿਹੜੇ ਪੇਰੈਂਟਸ ਨੇ ਇਸ ਚੀਜ਼ ਦੀ ਧਾਰਨਾ ਦੇ ਥੱਲੇ ਬੈਠੇ ਨੇ ਕਿ ਸਾਡੇ ਬੱਚੇ ਕੋਈ ਗਲਤ ਕਰਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਤਾਂ ਇਹੀ ਕਹਾਂਗੇ ਕਿ ਹਰ ਦੀਵੇ ਥੱਲੇ ਹਨੇਰਾ ਹੁੰਦਾ ਹੈ। ਸੋ ਮਤਲਬ ਨਾਲੇ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ, ਕਿਉਂਕਿ ਸਾਡੀ ਪੰਜਾਬੀ ਕਮਿਊਨਿਟੀ ਇਹਦੇ ਵਿੱਚ ਸਟਿਗਮਟਿਜ਼ਮ ਕਾਫੀ ਹੈ ਕਿ ਚਾਹੇ ਪ੍ਰੋਬਲਮ ਹੈ ਵੀ ਹੈ, ਅਸੀਂ ਉਹ ਚੀਜ਼ ਐਡਮਿਟ ਨਹੀਂ ਕਰਨੀ। ਬੱਚਾ ਸਾਡਾ ਡਰੱਗ ਕਰ ਰਿਹਾ, ਸਾਨੂੰ ਵੀ ਪਤਾ ਡਰੱਗ ਕਰ ਰਿਹਾ, ਪਰ ਅਸੀਂ ਪੂਰਾ ਉਸ ਚੀਜ਼ 'ਤੇ ਪਰਦਾ ਪਾਵਾਂਗੇ। ਹਾਲਾਂਕਿ ਇਹ ਚੀਜ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਹਾਨੂੰ ਆਪਣੇ ਬੱਚੇ ਦੇ ਨਾਲ ਗੱਲ ਖੋਲ੍ਹ ਕੇ ਕਰਨੀ ਚਾਹੀਦੀ ਹੈ। Talk to them, do make every effort to make sure that the kid gets off of drugs, and not only gets off of drug, but we need to make sure that the kid doesn't even get on drugs in the first place. So start talking young. Sade schoolan de vich vi, kyunki main vi itthe 7th jamaat to jadon school shuru kita siga, so 7th to hi oh classan de vich tuhanu dassna shuru ho jande ne ki kehda kehda drug hai. So apne bachiyan de naal je punjabi maa baap ne unna nu gallan karniyan chahidiyan ne ki kehde kehde drug ne, ਮਤਲਬ ਕਿ ਬਾਕੀ ਗੱਲਾਂ ਆਪਾਂ ਕਰਦੇ ਹਾਂ ਧੀਆਂ ਪੁੱਤਾਂ ਨੂੰ ਕਿ ਪੁੱਤ ਕਿਹੜੀ ਕਾਰ ਆਈ ਹੈ, ਕਿੱਦਾਂ ਦੇ ਘਰ ਨੇ, ਕਿਹੜੀਆਂ ਸਹੂਲਤਾਂ ਹੋਰ ਨੇ। ਸੋ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਡਰੱਗਸ ਬਾਰੇ ਵੀ ਗੱਲ ਕਰੀਏ। ਵੈਰੀ ਨਾਈਸ।
एक छोटी जी ब्रेक लेनी है जी, ब्रेक तो बाद मैं तुहानू अपनी हार्ट बीतियां सुनाना। आपां चलांगे पिछे पंजाब दे उन्हां दिनां च, उस थां ते तुहानू मैं लैके चलांगा जिथे ड्रग्स शुड बी द लास्ट थिंग। ड्रग्स उत्थे किवें पहुँचते हैं, ड्रग्स दे नाल उत्थे की हुंदा, प्लीज स्टे विद मी। और थानू इसे ही चैनल इसे ही शो तो यह इनफॉरमेशन मिलेगा। प्लीज स्टे विद मी, विल बी राइट बैक। Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you. After two decades of successful live Bollywood shows, Vijay Taneja of Elite Bollywood Entertainment presents to you the biggest Bollywood show of 2018. Tonight, The Bang, the tour reloaded. The Bang team is here tonight in Washington, D.C. I, Vijay Taneja, would like to say a special thanks to all of you for attending this concert and making this evening even more beautiful. God, you, the lovely audience, my family, which has always been on my side, Vaipalka, Dr. Neha, Reema Mahima, Dinesh Patel, Rocky Patel, Capital Post team, GTV Neelima Mehra, Moni Gill and Kuldeep Gill, and entire media who helped in getting the message out. AEG team, Ashit Gulab, team of Velocity Commercial Investments, Shubham Nayak. Supporters, Mr. Omkar Sharma, Sharma Law Group, Chartered, 301-593-1983. Hotel Services Consultants LLC and Brokerage Services Michelle David, 240-393-5135. And many, many more people to thank. This successful show belongs to all of us. स्वागत जी थोड़ा अपना प्रोग्राम डीसी नाइट पॉल बाट हूँ मैं पॉल बाट मेरे नाम सर पवन सिंह जिन्हों का अपना शो है माई शो माई लाइफ और अज असी विशा रखे है वार ऑन ड्रग्स हर तरह का ड्रग वो खिलाफ जिहड़ा साडी लड़ाई है वो सानू सर पंजाब लड़नी चाहिए या जिथे जिथे भी पंजाबी बैठा है उन्होंने लड़नी चाहिए है। पवन जी जमाना बदल गया। हाँ जी पहला मेल जिहड़े
ਬੰਦੇ ਹੁੰਦੇ ਸੀ ਉਹੀ ਮੇਨ ਕਰਦੇ ਮੋਢੀ ਹੁੰਦੇ ਸੀਗੇ ਜੀ। ਜ਼ਮਾਨਾ ਬਦਲਿਆ, ਬੜੀ ਚੰਗਾ ਬਦਲਿਆ ਕਿ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਬਰਾਬਰ ਦੇ ਹੱਕ ਮਿਲੇ ਹੋਏ ਨੇ। ਪਰ ਮੈਂ ਸਮਝਦਾ ਕਿ ਸਮੇਂ ਅਲੋਂ ਦਵੇ ਉਹ ਹੱਕ ਜਿਹੜੇ ਨੇ ਉਹਨਾਂ ਦੀ ਵੀ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ ਹੈ। ਉਹਦੇ ਨਾਲ ਨੈਗਟਿਵ ਜਿਹੜਾ ਗਲਤ ਆਂਸਰ ਵੀ ਜਾਂ ਗਲਤ ਬਿਮਾਰੀਆਂ ਵੀ ਸਾਡੇ ਅੰਦਰ ਬਣ ਗਈਆਂ ਨੇ। ਬਿਲਕੁਲ, ਡਰੱਗਸ ਯੈਸ ਦੇ ਇਕੁਅਲ ਹੀ ਭਾਈਵਾਲ ਨੇ ਸਾਡੀਆਂ ਧੀਆਂ ਅਤੇ ਕੁੜੀਆਂ ਅੱਜ ਕੱਲ੍ਹ। ਬਿਲਕੁਲ, ਇਹ ਗੱਲ ਬਹੁਤ ਹੀ ਮਤਲਬ ਕਿ ਕਹਿ ਲਓ ਕਿ ਦੁਖੀ ਹਿਰਦੇ ਨਾਲ ਕਰ ਰਹੇ ਹਾਂ ਕਿ ਜਿੱਥੇ ਪਹਿਲਾਂ ਮੁੰਡੇ ਡਰੱਗਸ ਕਰਦੇ ਸੀਗੇ ਉੱਥੇ ਹੁਣ ਬਰਾਬਰਤਾ ਦੇ ਹੱਕ ਹੋਣ ਦੇ ਕਾਰਨ ਕਹਿ ਲਓ ਜਾਂ ਮਤਲਬ ਐਕਸੈਸਿਬਿਲਿਟੀ ਹੈਗੀ ਆ ਕਿ ਸਾਡੀਆਂ ਕੁੜੀਆਂ ਵੀ ਜੋ ਨੇ ਸਾਡੀਆਂ ਧੀਆਂ ਭੈਣਾਂ ਉਹ ਵੀ ਬਰਾਬਰਤਾ ਦੇ ਨਾਲ ਨਸ਼ਾ ਜੋ ਹੈ ਉਹ ਕਰ ਰਹੀਆਂ ਨੇ। ਨਾ ਕਿ ਗੱਲਾਂ ਪੰਜਾਬ ਦੇ ਵਿੱਚ, ਉਹ ਇੱਥੇ ਵੀ ਇੰਝ ਹੀ ਆ। ਜੇ ਆਪਾਂ ਕਾਲਜ ਸਕੂਲ ਕਾਲਜਿਸ ਦੀ ਗੱਲ ਕਰਦੇ ਹਾਂ ਤਾਂ ਸਾਡੀਆਂ ਕੁੜੀਆਂ ਵੀ ਡਰਿੰਕ ਕਰਦੀਆਂ ਨੇ, ਸਾਡੀਆਂ ਕੁੜੀਆਂ ਵੀ ਸੁੱਖਾ ਪੀਂਦੀਆਂ ਨੇ ਜਿਹਨੂੰ ਅਸੀਂ ਵੀਡ ਜਾਂ ਮੈਰਾਵਾਨਾ ਇੱਥੇ ਮਤਲਬ ਕਹਿ ਦਿੰਦੇ ਹਾਂ। ਐਂਡ ਦੈਟ ਇਜ਼ ਅ ਰੀਅਲੀ ਸੈਡ ਸਟੋਰੀ ਬਿਕੋਜ਼ ਲਾਈਕ ਆਈ ਸੈਡ ਵਨ ਥਿੰਗ ਲੀਡਸ ਟੂ ਦ ਨੈਕਸਟ ਟੂ ਦ ਨੈਕਸਟ ਠੀਕ ਹੈ ਨਾ। ਇਟ ਲੀਡਸ ਟੂ ਰਿਸਕੀ ਬਿਹੇਵੀਅਰ, ਦੈਨ ਦੇਰ ਇਜ਼ ਮੋਰ ਦ ਲਾਈਕਲੀਹੁਡ ਆਫ ਗੈਟਿੰਗ ਸੈਕਸ਼ੁਅਲੀ ਅਸੋਲਟਡ ਇਜ਼ ਮੋਰ, ਨਾਟ ਦੈਟ ਆਈ ਐਮ ਨਾਟ ਹੋਲਡਿੰਗ ਦ ਮੇਲ ਕਾਉਂਟਰਪਾਰਟ ਰਿਸਪੋਂਸਿਬਲ ਫੋਰ ਇਟ, ਯੂ ਨੋ ਇਟ ਆਲ ਕਮਸ ਡਾਊਨ ਟੂ ਯੋਰ ਪਰਸਨਲ ਰਿਸਪੋਂਸਿਬਿਲਿਟੀ, ਆਈ ਐਮ ਹੋਲਡਿੰਗ ਐਵਰੀਬਾਡੀ ਅਕਾਊਂਟੇਬਲ, ਬਟ ਐਟ ਦ ਸੇਮ ਟਾਈਮ ਦੇਰ ਆਰ ਸਰਟਨ ਥਿੰਗਸ that lead to more risky behavior which is not good for us. aur sab to dukh di gall eh hai ki a modern look modern soch jehdi hai honi chahidi hai bilkul ek cheez de vich koi shak nahi par modern soch de vich daru ek modern cheez ban gayi nasha barabar de hak leke jede tuppe te ek bimari ban gayi phir haan ji bilkul kyunki assi under modernity is cheez nu assi vadhaya ya assi keh rahe hain ki you know all of a sudden it's hip it's kind of part of the class system for you to drink you know expensive wines. What are you doing? I'm whining and dining, you know, all that is part of the package of this really deadly package that's bad for not just for six, it's bad for all of humanity. I exactly. would say it's bad for any society, right? You know, you look at the Russian youth and you look at the use of vodka. That has actually been so bad that they're saying their fertility rate has gone down because the males have been drinking so much vodka and the misuse of alcohol is leading down to the sperm count. And that is really sad, and that's exactly what's going to happen in Punjab because people are going to have problems with fertility. You know, we talk about our future, sada jada bhavikh hai, sada bhavikh nahi hoega. Main kai wari sochda hunna vi visakhi wale din sade guru sahiban ne sangat ikattha kiti, khalsa sajya, sanu panch kakar ditte. ਔਰ ਅਸੀਂ ਅੱਜ ਕਕਾਰਾਂ ਦੀ ਅੱਗੇ ਆਪਣੇ ਬੁੱਧੀ ਮੁਤਾਬਕ ਉਹਦਾ ਆਪਣਾ ਆਪਣਾ ਵਿਊ ਦੱਸ ਰਹੇ ਜੀ ਕਿਉਂ ਦਿੱਤੇ। ਪਰ ਨੈਟ ਸ਼ੈਲ ਇਹ ਆ ਕਿ ਸਾਨੂੰ ਇੱਕ ਉਹਨਾਂ ਦੇ ਥਰੂ ਡਿਸਿਪਲਿਨ ਵਰਤਿਆ। ਬਿਲਕੁਲ, ਉਹ ਡਿਸਿਪਲਿਨ ਜਿਹੜਾ ਆ ਇਹਨਾਂ ਪ੍ਰੋਬਲਮਸ ਨੂੰ ਸਾਡੇ ਤੋਂ ਦੂਰ ਰੱਖਦਾ ਹੈ ਜੀ। ਐਂਡ ਇਟ ਇਜ਼ ਸੈਡ ਦੈਟ ਵੀ ਆਰ ਆਲ ਗੋਇੰਗ ਅਵੇ ਫਰੋਮ ਦੈਟ ਡਿਸਿਪਲਿਨ, ਦੈਟ ਲਾਈਨ ਦੈਟ ਵੀ ਸ਼ੁੱਡ ਬੀ ਵਾਕਿੰਗ, ਕਿਉਂਕਿ ਉਹਨਾਂ ਨੇ ਇੰਡੀਵਿਜੂਅਲ ਨੂੰ ਸੋਸਾਇਟੀ ਤੋਂ ਦੂਰ ਨਹੀਂ ਕੀਤਾ। ਕਿਉਂਕਿ ਕਹਿੰਦੇ ਸੀਗੇ ਨਾ ਜੰਗਲਾਂ 'ਚ ਜਾ ਕੇ ਭਗਤੀ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦਾ ਮੈਸੇਜ ਆ ਮਨ ਜਿੱਤੇ ਜਗ ਜੀਤ, ਪਹਿਲਾਂ ਆਪਣੇ ਮਨ ਨੂੰ ਜਿੱਤੋ, ਆਪਣੇ ਮਨ 'ਤੇ ਕੰਟਰੋਲ ਕਰੋ, ਪਹਿਲਾਂ ਮੈਂ ਆਪ ਡਰੱਗ ਲੈਣੀ ਬੰਦ ਕਰਾਂ, ਫਿਰ ਮੈਂ ਉਹ ਚੀਜ਼ ਸੋਸਾਇਟੀ ਦੇ ਵਿੱਚ ਲੈ ਕੇ ਆਪਣੇ ਪਰਿਵਾਰ ਦੇ ਵਿੱਚ ਲੈ ਕੇ ਆਵਾਂ, ਫਿਰ ਸੋਸਾਇਟੀ ਦੇ ਵਿੱਚ ਲੈ ਕੇ ਆਈਏ, ਲੋਕਲ ਕਮਿਊਨਿਟੀ 'ਚ, ਫਿਰ ਉਹਨੂੰ ਗਲੋਬਲ ਲੈਵਲ 'ਤੇ ਲੈ ਕੇ ਜਾਈਏ। ਔਰ ਨਾਲ ਮਹਾਰਾਜ ਦਾ ਇਹ ਵੀ ਉਪਦੇਸ਼ ਹੈ ਕਿ ਅਵਰ ਉਪਦੇਸ਼ ਹੈ ਆਪ ਨਾ ਕਰੈ ਆਵੈ ਜਾਵੈ ਜਨਮੈ ਮਰੈ। ਕਿਉਂਕਿ ਜੇ ਹੁਣ ਅਸੀਂ ਇੱਥੇ ਬੈਠਾ ਰੌਲਾ ਪਾਈ ਜਾਈਏ ਕਿ ਪੰਜਾਬ ਦੇ ਵਿੱਚ ਬੜੀ ਡਰੱਗਸ ਦੀ ਪ੍ਰੋਬਲਮ ਹੈ ਜੀ, ਪੰਜਾਬ ਦਾ ਯੂਥ ਰੁੜਦਾ ਜਾ ਰਿਹਾ ਹੈ, ਔਰ ਇੱਥੇ ਅਸੀਂ ਸ਼ਾਮ ਨੂੰ ਪਾਰਟੀ ਕਰ ਰਹੇ ਹਾਂ, ਦਾਰੂ ਰੱਜ ਕੇ ਪੀ ਰਹੇ ਹਾਂ, ਉਸ ਤੋਂ ਬਾਅਦ ਜਿਹੜੇ ਹੋਰ ਵੀ ਨਸ਼ੇ ਨੇ, ਕੋਈ ਮਤਲਬ ਬੱਚੇ ਕੋਕੇਨ ਲੈ ਰਹੇ ਨੇ, ਕੋਈ ਵੀਡ ਪੀ ਰਿਹਾ ਹੈ, ਔਰ ਸਭ ਤੋਂ ਜਿਹੜੀ ਡੇਂਜਰਸ ਡਰੱਗ ਹੈ ਉਹ ਹੈਗੀ ਸਿੰਥੈਟਿਕ ਡਰੱਗ, ਜਿਹੜੀ ਕਿ ਇੱਥੇ ਬਹੁਤ ਵੱਡੀ ਭਰਮਾਰ ਹੈ। ਕਿਉਂਕਿ ਮੇਨ ਜਿਹੜੇ ਅਰਬਨ ਸਿਟੀਜ਼ ਨੇ ਉਹਦੇ 'ਚ ਚਾਹੇ ਇੰਨਾ ਨਹੀਂ ਪਤਾ ਲੱਗਦਾ, ਰੂਰਲ ਏਰੀਆ ਅਮੈਰੀਕਾ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ। ਉੱਥੇ ਗੱਲ ਇੱਦਾਂ ਹੈ ਕਿ ਉੱਥੇ ਬਣਦੀ ਹੈ ਮੈਥ ਲੈਬਸ ਜਿਹੜੀਆਂ ਨੇ ਰੂਰਲ ਏਰੀਆਜ਼ ਦੇ ਵਿੱਚ ਨੇ, ਉੱਥੇ ਜੋਬਸ ਹੈ ਨਹੀਂ ਗੀਆਂ, ਉਹ ਇਸ ਕਰਕੇ ਡਰੱਗ ਬਣਾ ਰਹੇ ਨੇ। ਵਿਕਦੀ ਉੱਥੇ ਹੈ ਜਿੱਥੇ ਜੋਬ ਹੈਗੀ, ਕਿਉਂਕਿ ਆਬਵੀਅਸਲੀ ਇਟ ਆਲ ਕਮਸ ਡਾਊਨ ਟੂ ਮਨੀ। ਇਫ ਮਨੀ ਵਰ ਨਾਟ ਟੂ ਬੀ ਮੇਡ ਨੋਬਾਡੀ ਵੁੱਡ ਸੈਲ ਡਰੱਗਸ, ਰਾਈਟ? ਸੋ ਜਿਹੜੇ ਲੋਕਾਂ ਕੋਲ ਪੈਸਾ ਹੈ ਆਬਵੀਅਸਲੀ ਚੀਜ਼ ਵੀ ਤਾਂ ਅਵੇਲੇਬਲ ਉੱਥੇ ਹੀ ਹੋਣੀ ਹੈ ਨਾ, ਤੁਸੀਂ ਛੱਡੀ ਉੱਥੇ ਖੋਲੋਗੇ ਜਿੱਥੇ ਚਾਰ ਗਾਹਕ ਵੀ ਆਉਣਗੇ। ਸੋ ਵੈਨ ਦ ਡਰੱਗ ਪੀਪਲ ਹੂ ਕੈਨ ਅਫੋਰਡ, ਜਿਹੜੇ ਆਪਾਂ ਕਿ ਰਿਚ ਕਿਡਸ ਕਹਿ ਦਿੰਦੇ ਹਾਂ, ਪੀਪਲ ਹੂ ਆਰ ਗੋਇੰਗ ਟੂ ਰੀਅਲੀ ਐਕਸਪੈਂਸਿਵ ਕਾਲਜਿਸ, ਸੋ ਦੇਅਰ ਡਰੱਗ ਯੂਸੇਜ ਇਜ਼, ਯੂ ਨੋ, ਡਰੱਗ ਦੀ ਜਿਹੜੀ ਅਵੇਲੇਬਿਲਿਟੀ ਆ ਉੱਥੇ ਜ਼ਿਆਦਾ ਹੋਏਗੀ, ਕਿਉਂਕਿ ਉੱਥੇ ਧਨਾਟ ਬੱਚਿਆਂ ਜਿਹੜੇ ਬੱਚੇ ਆ ਰਹੇ ਨੇ, ਜਿਹੜੇ ਜਿਹਨਾਂ ਦੇ ਮਾਪੇ ਕੋਲ ਚਾਰ ਪੈਸੇ ਹੈਗੇ ਆ,
ਤੇ ਆਬਵੀਅਸਲੀ ਉਹ ਡਰੱਗ ਤੇ ਲੱਗਣਗੇ। ਸੋ ਇਹ ਮਤ ਜਾਣੀਏ ਕਿ ਫਲਾਨਾ ਸਕੂਲ ਚੰਗਾ ਹੈ ਜਾਂ ਫਲਾਨੀ ਨੇਬਰਹੁੱਡ ਚੰਗੀ ਹੈ। ਦਿਸ ਵਾਰ ਔਨ ਡਰੱਗਸ ਹੈਜ਼ ਨੋ ਬੋਰਡਰਸ। ਹਰ 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 ਖੇਤਰ ਹਰ ਚੈਨਲ ਬਿਲਕੁਲ ਤੁਹਾਨੂੰ ਖੋਲ੍ਹਣਾ ਪਏਗਾ ਬਿਲਕੁਲ ਆਪਣੀ ਕੌਮ ਨੂੰ ਬਚਾਉਣ ਲਈ ਔਰ ਹਿਊਮੈਨਿਟੀ ਨੂੰ ਬਚਾਉਣ ਦੇ ਲਈ। ਕਿਉਂਕਿ ਇਹ ਗੱਲ ਬਹੁਤ ਵਧੀਆ ਕੀਤੀ ਤੁਸੀਂ ਕਿ ਆਪਣੀ ਕੌਮ ਤੇ ਹਿਊਮੈਨਿਟੀ, ਕਿਉਂਕਿ ਇਹ ਕੌਮ ਬਣਾਈ ਇਸ ਕਰਕੇ ਆ ਕਿ ਹਿਊਮੈਨਿਟੀ ਦੀ ਰੱਖਿਆ ਕਰੀਏ। ਨਹੀਂ ਸਰ ਯੈਸ ਆਈ ਵਾਸ ਹੋਪਿੰਗ ਯੂ ਵੁੱਡ ਸ਼ੇਅਰ ਦੈਟ ਦੈਟ ਇਜ਼ ਗੁੱਡ। ਗੱਲ ਹੁਣ ਪੰਜਾਬ 'ਚ ਚੱਲ ਪਈ ਹੈ। ਹਾਂਜੀ, ਕਿਉਂਕਿ ਮੈਂ ਵਿਊਜ਼ ਨੂੰ ਵਾਅਦਾ ਕੀਤਾ ਸੀ ਕਿ ਮੈਂ ਕੁਛ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ। ਹਾਂਜੀ, ਔਰ ਮੇਰੇ ਤੁਹਾਡੇ ਲਈ ਵੀ ਪਹਿਲੀ ਵਾਰੀ ਤੁਹਾਨੂੰ ਸੁਣਨ ਦਾ ਮੌਕਾ ਮਿਲ ਰਿਹਾ। ਵਿਊਜ਼ ਮੇਰੇ ਲਈ ਬੜਾ ਔਖਾ ਹੈ ਜੀ, ਕਿਉਂਕਿ ਇਹ ਵਿਚਾਰ ਇਹ ਜੋ ਰਿਐਲਿਟੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਇਹਦੇ ਵਿੱਚ ਬੜੇ ਨਾਂ ਆਉਂਦੇ ਨੇ, ਬੜੇ ਪਾਤਰ ਆਉਂਦੇ ਨੇ ਜੋ ਅੱਜ ਵੀ ਆਪਣੇ ਅਹੁਦਿਆਂ 'ਤੇ ਬੈਠੇ ਨੇ, ਬੜੇ ਸਤਿਕਾਰਯੋਗ ਨੇ, ਔਰ ਮੇਰੇ ਡਿਸਕਲੋਜ਼ ਕਰਨ ਦੇ ਨਾਲ ਉਹਨਾਂ 'ਤੇ ਬਹੁਤ ਗਲਤ ਅਸਰ ਪੈ ਸਕਦਾ। ਬਟ ਸੋ ਦੇਅਰਫੋਰ ਆਈ ਵਿਲ ਨੋਟ ਗੋ ਇਨ ਟੂ ਦੈਟ, ਆਈ ਰਿਸਪੈਕਟ ਦੈਟ, ਕਿਉਂਕਿ ਜ਼ਿੰਦਗੀ ਦੇ ਮੇਰੇ ਨਾਲ ਉਹਨਾਂ ਨੇ ਬੜੇ ਕਦਮ ਮੇਰੇ ਨਾਲ ਚੱਲ ਕੇ ਮੇਰੇ ਸਹਾਈ ਹੋਏ ਨੇ। ਇੱਕ ਸਾਡਾ ਦੋਸਤ ਸੀ ਕੈਲੀਫੋਰਨੀਆ ਦਾ, ਕੈਲੀਫੋਰਨੀਆ 'ਚ ਉਹਨੇ ਇੱਕ ਗੱਲ ਸੁਣੀ ਪੰਜਾਬ ਦੇ ਵਿੱਚ, ਕਹਿੰਦਾ ਸਾਡੇ ਪਿੰਡ, ਉਹ ਆਪਣੇ ਫਾਦਰ ਸਾਹਿਬ ਨੂੰ ਕੁਛ ਗਲਤ ਲਫ਼ਜ਼ ਬੋਲਣਾ ਪਿਆ ਸਾਡੇ ਪੰਜ ਸੱਤ ਜਣਿਆਂ ਦੇ ਵਿੱਚ ਬੈਠਾ। ਹਾਂਜੀ, ਅਤੇ ਮੈਂ ਮੇਰੇ ਦੋਸਤਾਂ ਨੇ ਬੇਨਤੀ ਕੀਤੀ ਵੀ ਐਡੀ ਕਿਹੜੀ ਗੱਲ ਆ, ਤਾਂ ਉਹਨੇ ਗੱਲ ਸੁਣਾਈ ਕਿ ਸਾਡੇ ਪਿੰਡ 'ਚ ਜਿਹਨਾਂ ਨਾਲ ਦੁਸ਼ਮਣੀ ਸੀ ਉਹਨਾਂ ਦੇ ਬੇਟੇ ਨੂੰ ਮੇਰੇ ਫਾਦਰ ਨੇ ਫੀਮ 'ਤੇ ਲਾਇਆ। ਅੱਛਾ, ਅਤੇ ਉਹਨਾਂ ਪਰਿਵਾਰ ਨੇ ਕੀ ਕੀਤਾ, ਉਹਨਾਂ ਨੇ ਉਸ ਨੂੰ ਕਮਰੇ ਦੇ ਵਿੱਚ ਬੰਦ ਕਰਤਾ, ਉਸ ਬੱਚੇ ਨੂੰ, ਬੱਚੇ ਨੂੰ, ਤਾਂ ਜੋ ਬਾਹਰਲੀ ਸੁਸਾਇਟੀ ਦੇ ਵਿੱਚੋਂ ਕੋਈ ਉਹਨੂੰ ਸਪਲਾਈ ਨਾ ਕਰ ਸਕੇ। ਕਹਿੰਦਾ ਮੇਰੇ ਫਾਦਰ ਸਾਹਿਬ ਕੋਠੇ ਦੇ ਪਿੱਛੇ ਦੀ ਜਾ ਕੇ ਪੌੜੀ ਲਾ ਕੇ ਫੀਮ ਆਲੇ ਦੇ ਵਿੱਚ ਦੀ ਸੱਟ ਕੇ ਅੰਦਰ ਆਉਂਦੇ ਸੀ ਤਾਂ ਜੋ ਫੀਮ 'ਤੇ ਲੱਗਿਆ। ਇੱਥੋਂ ਹੱਦ ਤੱਕ, ਇੱਥੇ ਤੱਕ ਵੀ ਸਾਡੇ ਇਨਸਾਨ ਗਿਰੇ ਨੇ, ਕੋਠੇ 'ਚ ਲੁਕਾਉਣਾ, ਕੰਧਾਂ ਪਿੱਛੇ ਲੁਕਾਉਣਾ। ਮੈਂ ਤਾਂ ਸ਼ੇਅਰ ਕੀਤਾ ਕਿ ਜੇ ਆਪਾਂ ਪੰਜਾਬ ਦੀ ਜੇਲ੍ਹ ਦੀ ਗੱਲ ਕਰੀਏ, ਹਾਂਜੀ, ਉਹਦੇ ਚਾਰੇ ਪਾਸੇ ਉੱਚੀ ਕੰਧ ਹੁੰਦੀ ਆ 12-12, 15-15 ਫੁੱਟ। ਹਾਂਜੀ, ਉਹ ਤੋਂ 10-15 ਕਦਮ ਹਟਣਾ ਇੱਕ ਹੋਰ ਕੰਧ ਹੁੰਦੀ ਪਵਨ 'ਚ। ਅੱਛਾ ਜੀ, ਉਹ ਇਸੇ ਕਰਕੇ ਬਣਾਈ ਜਾਂਦੀ ਹੈ ਕਿ ਅਗਰ ਕੋਈ ਇਨਮੇਟ ਅੰਦਰੋਂ ਭੱਜਣਾ ਸ਼ੁਰੂ ਕਰੇ ਤਾਂ ਪਹਿਲਾਂ ਕੰਧ ਤੋੜੂਗਾ, ਫਿਰ ਦੂਜੀ ਤੋੜੂ, ਇੰਨੇ ਨੂੰ ਬਟ ਓਬਵੀਅਸਲੀ ਬੰਦਾ ਫੜਿਆ ਜਾਂਦਾ। ਇਸੇ ਤਰ੍ਹਾਂ ਜਦੋਂ ਕੋਈ ਮੁਲਾਕਾਤ ਨੂੰ ਜੇਲ੍ਹ ਦੇ ਵਿੱਚ ਆਉਂਦਾ ਤਾਂ ਪਹਿਲਾਂ ਆਉਣ ਵਾਲੇ ਮੁਲਾਕਾਤ ਕਰਨ ਵਾਲੇ ਇਨਸਾਨ ਦੀ, ਮੈਨ ਔਰ ਵੁਮਨ ਡਜ਼ਨਟ ਮੈਟਰ, ਉਹਦੀ ਤਲਾਸ਼ੀ ਲਈ ਜਾਂਦੀ ਹੈ ਕਿ ਕੋਈ ਗਲਤ ਸਮਾਨ ਤਾਂ ਨਹੀਂ ਲੈ ਕੇ ਆ ਰਿਹਾ। ਸਮਾਨ ਫੜਨ ਤੋਂ, ਮੁਲਾਕਾਤ ਕਰਨ ਤੋਂ ਬਾਅਦ ਫਿਰ ਤਲਾਸ਼ੀ ਹੁੰਦੀ ਹੈ, ਫਿਰ ਅਗਲੀ ਜਿਹੜੀ ਕੰਧ ਹੈ ਉੱਥੇ ਇੱਕ ਹੋਰ ਬੰਦਾ ਖੜ੍ਹਾ, ਉੱਥੇ ਤਲਾਸ਼ੀ ਹੁੰਦੀ ਹੈ, ਤਾਂ ਜੋ ਹਰ ਹੀਲਾ ਉਪਰਾਲਾ ਵਰਤਿਆ ਜਾਵੇ ਕਿ ਅੰਦਰ ਕੋਈ ਗਲਤ ਨਸ਼ਾ ਨਾ ਜਾਵੇ। ਹਾਂਜੀ, ਪਰ ਟੂ ਮਾਈ ਸਰਪ੍ਰਾਈਜ਼ ਅੰਦਰ ਨਸ਼ਾ ਮਿਲਦਾ, ਬਿਲਕੁਲ ਅੰਦਰ ਨਸ਼ਾ ਵਿਕਦਾ। ਸੋ ਫਿਊ ਈਅਰਸ ਬੈਕ, ਮੈਂ ਪੁਰਾਣੀ ਕੁਛ ਸਾਲ ਪਹਿਲਾਂ ਦੀ ਗੱਲ ਕਰਦਾ ਕਿ ਜਿਹੜਾ ਕੈਪਸੂਲ ਬਾਹਰ ਰੁਪਈਏ ਦੇ 4 ਆਉਂਦੇ ਸੀ ਉਹ 5 ਰੁਪਈਏ ਦੇ ਅੰਦਰ 4 ਮਿਲਦੇ ਨੇ। ਸੋ ਜਿਸ ਕਿ ਉਹ ਬਾਰਡਰ ਜਿਹੜਾ ਲਾਈਨ ਟਪਾਉਣ ਦੇ, ਹਾਂਜੀ, ਉਹ ਜਿਹੜਾ ਹੈ 5 ਟਾਈਮਸ ਉਹਨਾਂ ਦੀ ਵੈਲਿਊ ਉੱਪਰ ਹੋ ਜਾਂਦੀ ਹੈ, ਐਂਡ ਦੇ ਆਰ ਪੇਨ ਕਿਲਰਸ। ਵਾਓ, ਕਿਉਂਕਿ ਹਰੇਕ ਕੈਦੀ, ਹਰੇਕ ਹਵਾ ਲਾਤੀ ਟੈਂਸ਼ਨ ਦੇ ਅਧੀਨ ਹੈ, ਉਹਨੇ ਰਾਤ ਨੂੰ ਉਹਦਾ 5-7 ਕੱਫੇ ਮਾਰਦੇ ਨੇ। ਉਸ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਹੋਇਆ ਇੱਕ ਟ੍ਰੇਡ ਆਪਣੇ ਆਪ 'ਚ ਚੱਲ ਰਿਹਾ ਸੀ। ਮੈਂ ਇੱਕ ਦਿਨ ਸ਼ਾਮ ਨੂੰ ਵਾਕਿੰਗ ਕਰਦਾ ਜਾ ਰਿਹਾ ਸੀ, ਜਿਹੜਾ ਕਿ ਗਵਰਨਮੈਂਟ ਅਫੀਸ਼ਲਸ ਵੱਲੋਂ ਚਲਾਇਆ ਜਾਂਦਾ, ਜੇਲ੍ਹ ਪ੍ਰਸ਼ਾਸਨ। ਮੈਂ ਹਾਲੇ ਉੱਥੇ ਆ ਨਹੀਂ ਰਿਹਾ ਜੀ, ਹੁਣ ਉਸ ਅਗਲੀ ਚੀਜ਼ ਤੋਂ ਉੱਥੇ ਆ ਰਿਹਾ। ਹਾਂਜੀ, ਸੋ ਮੈਂ ਸ਼ਾਮ ਨੂੰ ਵਾਕਿੰਗ ਕਰ ਰਿਹਾ, ਜਿਹੜੀ ਜੇਲ੍ਹ ਦੇ ਉੱਪਰਲੇ ਪਾਸੇ ਇੱਕ ਗਾਰਡ ਹੈ ਗਨ ਲੈ ਕੇ ਡਿਊਟੀ ਦਿੰਦਾ, ਉੱਥੋਂ ਪਿਛਲੀ ਕੰਧ ਕੋਈ 10-15 ਮੀਟਰ ਹੈ, ਅਚਾਨਕ ਇੱਕ ਵੱਡਾ ਪੈਕਟ ਜਿਹੜਾ ਆ ਉਹ ਦੜਮ ਕਰਦਾ ਸਾਡੇ ਅੱਗੇ ਆ ਕੇ ਡਿੱਗਦਾ, ਅਤੇ ਉਹ ਕੁਛ ਕੈਦੀ ਹਵਾ ਲਾਤੀ ਭੱਜ ਕੇ ਉਹਦੇ ਵੱਲ ਨੂੰ ਜਾਂਦੇ ਨੇ। ਬਟ ਦਿਸ ਇਜ਼ ਅ ਫੈਕਟ, ਆਈ ਵਾਜ਼ ਏਬਲ ਟੂ ਪਿਕ ਦੈਟ ਅਪ ਬਿਫੋਰ ਦੇ ਕੁਡ ਰੀਚ ਇਟ। ਓਕੇ, ਔਰ ਜਦੋਂ ਉਹਨੂੰ ਅਸੀਂ ਖੋਲ੍ਹਿਆ ਉਹਦੇ 100 ਦੀ ਤਾਦਾਦ ਦੇ ਨਾਲ ਉਹ ਕੈਪਸੂਲ। ਹੁਣ ਸਾਡੇ ਲਈ ਸਿਚੁਏਸ਼ਨ ਇਹ ਹੈ ਕਿ ਅਗਰ ਅਸੀਂ ਅਫਸਰ ਨੂੰ ਦੱਸਦੇ ਹਾਂ ਵੀ ਇਹ ਉੱਪਰੋਂ ਆਏ ਨੇ ਤਾਂ ਉਸ ਬੰਦੇ ਦੀ ਨੌਕਰੀ ਜਾਂਦੀ ਹੈ, ਉਹਦੇ ਨਾਲ ਜਾਣ ਦੇ ਨਾਲ ਸਾਡੇ ਦੁਸ਼ਮਣ ਵਰਦੇ ਨੇ ਜਿਹੜੇ ਹੋਰ ਉੱਥੇ ਮੁਲਾਜ਼ਮ ਨੇ। ਹਾਂਜੀ, ਅਤੇ ਜੇ ਨਹੀਂ ਦੱਸਦੇ ਤਾਂ ਉਹ ਸਾਡੇ ਹੀ ਭੈਣ ਭਰਾ ਜਿਹੜੇ ਅੰਦਰ ਬੱਚੇ ਸਾਡੇ ਬੰਦ ਨੇ, ਕੈਦੀ ਨੇ, ਉਹਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਨੇ। ਸੋ ਇਨ ਦੀ ਐਂਡ ਰਿਜ਼ਲਟ ਜਿਹੜੇ ਆਫਿਸਰ ਸਾਡੇ ਵਾਕਫ ਸੀਗੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਦੱਸਿਆ
ਤੇ ਉਹ ਕਹਿੰਦੇ ਤੁਸੀਂ ਇਹਨੂੰ ਚੁੱਪ ਕਰਕੇ ਫੂਕ ਦਿਓ। ਜੇਲ੍ਹ ਦੇ ਵਿੱਚ ਤੁਸੀਂ ਯਕੀਨ ਕਰਿਓ, ਪਿੱਛੇ ਤੁਹਾਨੂੰ ਯਾਦ ਹੈ ਕੁਛ ਸਾਲ ਪਹਿਲਾਂ ਮਿਰਕਾਈ ਜੀ ਸੀਗੇ ਸ਼ਸ਼ੀਕਾਂਤ ਸ਼ਾਹ, ਬਾਲ ਸਾਹਿਬ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਬਹੁਤ ਰੌਲਾ ਪਾਇਆ ਸੀ ਇਸ ਗੱਲ ਦੇ ਉੱਤੇ ਕਿ ਹੁੰਦੇ ਨੇ, ਐਂਡ ਆਮ ਅ ਵਿਟਨੈਸ ਟੂ ਇਟ, ਯੈਸ ਹੁੰਦੇ ਨੇ। ਉੱਥੇ ਫੀਮ ਵੀ ਮਿਲਦੀ ਹੈ। ਇੱਕ ਦਿਨ ਰਾਤ ਨੂੰ ਮੈਂ ਆਪਣੀ ਕੋਈ ਨਜਾਇਜ਼ ਚੀਜ਼ ਲੁਕਾਉਂਦਾ ਹੋਇਆ ਕੰਧ ਦੇ ਵਿੱਚ, ਤਾਂ ਮੈਨੂੰ ਕੁੜਕੁੜ ਦੀ ਆਵਾਜ਼ ਆਈ, ਅਤੇ ਜਦੋਂ ਮੈਂ ਕੱਢਿਆ, ਤੁਸੀਂ ਯਕੀਨ ਕਰੋਗੇ ਉਹਦੇ 'ਚ 100 ਪੁੜੀ ਸੀਗੀ ਸਮੈਕ ਦੀ। ਔਰ ਮੈਂ ਜ਼ਿੰਦਗੀ ਸਮੈਕ ਨਹੀਂ ਸੀ ਦੇਖੀ। ਹਾਂਜੀ। ਔਰ ਮੈਂ ਜਦੋਂ ਪੁੱਛਿਆ ਤੁਹਾਨੂੰ ਦੱਸਿਆ ਸਮੈਕ ਹੈ, ਉਹ ਕਹਿੰਦੇ ਜੀ 100 ਰੁਪਏ ਦੀ ਪੁੜੀ ਹੈ, ਅਤੇ ਤੁਸੀਂ 100 ਨੂੰ 100 ਨਾਲ ਗੁਣਾ ਕਰ ਦਿਓ, 3 ਦੀ ਸਮੈਕ ਲਾਉਂਦਾ ਲੱਗਦਾ। ਉਹ ਕਿੱਥੋਂ ਪਹੁੰਚੀ? ਇਹ ਨੈਟ ਸ਼ੈਲ ਹੈ, ਇੱਕ ਧੰਦਾ ਬਣ ਚੁੱਕਾ ਪ੍ਰੋਫਿਟ, ਪੈਸਾ ਕਮਾਉਣ ਦਾ। ਔਰ ਕੋਈ ਸ਼ੱਕ ਨਹੀਂ ਕਿ ਸਾਡੇ ਆਪਣੇ ਕਰਦੇ ਨੇ, ਵਾੜੀ ਖੇਤ ਨੂੰ ਖਾਣੇ ਖਾ ਰਹੀ ਹੈ। ਠੀਕ ਹੈ, ਮੈਂ ਆਮ ਨੋਟ ਟ੍ਰਾਇੰਗ ਟੂ ਪੁੱਟ ਐਨੀ ਪੋਲੀਟੀਸ਼ੀਅਨ ਡਾਊਨ, ਐਨੀ ਆਫਿਸਰ ਡਾਊਨ, ਬਟ ਦਿਸ ਹੈਪਨਸ, ਦਿਸ ਇਜ਼ ਰਿਐਲਿਟੀ ਆਫ ਲਾਈਫ। ਔਰ ਜਿਹੜੇ ਚੰਗੇ ਆਫਿਸਰ ਨੇ ਇਹਨੂੰ ਰੋਕਣਾ ਵੀ ਚਾਹੁੰਦੇ ਨੇ, ਇਹ ਰੋਕਿਆ ਨਹੀਂ ਜਾਏਗਾ। ਨਸ਼ਾ ਸਾਡੀ ਸੁਸਾਇਟੀ 'ਚ ਇੱਥੋਂ ਤੱਕ ਪਹੁੰਚ ਚੁੱਕਾ ਕਿ ਜਿਹੜੇ 10-10 15-15 ਫੁੱਟਾਂ ਦੀਆਂ 2-2 3-3 ਦੀਵਾਰਾਂ ਦੇ ਪਿੱਛੇ ਵੀ ਬੈਠੇ ਨੇ, ਉਹਨਾਂ ਕੋਲ ਵੀ ਪਹੁੰਚਦਾ। ਇਹਦਾ ਇਲਾਜ ਕੀ ਹੈ ਪਵਨ ਜੀ? ਵਟ ਯੂ ਸੀ ਦੀ ਰੈਮਡੀ ਫੋਰ ਆਲ ਦਿਸ ਵੇਅਰ ਵੀ ਆਰ ਰਾਈਟ ਨਾਓ? ਜੇ ਤੁਸੀਂ ਪੰਜਾਬ ਤੋਂ ਗੱਲ ਕਰਦੇ ਹੋ, ਪੰਜਾਬ ਤੋਂ ਪੰਜਾਬ ਦੀ, ਕਿਉਂਕਿ ਪੰਜਾਬ ਤਾਂ ਜਿਵੇਂ ਆਪਾਂ ਕਹਿੰਦੇ ਸੀਗੇ ਨਾ ਕਿ ਬ੍ਰਿਟਿਸ਼ ਰਾਜ ਵੇਲੇ ਉਹਨਾਂ ਪੂਰੇ ਦਾ ਪੂਰਾ ਹਿੰਦੂ ਜਿਹੜਾ ਭਾਰਤ ਹੈ ਉਹਨੂੰ ਹੀ ਇੱਕ ਕੱਚੀ ਮੰਡੀ ਵਰਤਦੇ ਜਗ੍ਹਾ ਵਰਤਦੇ ਸੀਗੇ, ਅਤੇ ਉਵੇਂ ਮੈਨੂੰ ਵੀ ਲੱਗਦਾ ਹੈ ਕਿ ਜਿਹੜੀ ਦਿੱਲੀ ਬੈਠੀ ਸਰਕਾਰ ਹੈ ਉਹ ਪੰਜਾਬ ਨੂੰ ਇੱਕ ਕੱਚੀ ਮੰਡੀ ਦੀ ਤਰ੍ਹਾਂ ਵਰਤਦੀ ਹੈ, ਕਿਉਂਕਿ ਦੇਅਰ ਹੋਲ ਪ੍ਰੋਸੈਸ ਇਜ਼ ਕਿ ਯੂ ਨੋ ਮੇਕ ਸ਼ੋਰ ਦੀਜ਼ ਗਾਇਜ਼ ਆਰ ਨਾਟ ਯੂ ਨੋ ਸੈਲਫ ਅਵੇਅਰ, ਦੇ ਆਰ ਨਾਟ ਅਵੇਅਰ ਆਫ ਦੇਅਰ ਹਿਸਟਰੀ, ਦੇ ਡੋਨਟ ਨੋ ਐਨੀਥਿੰਗ ਵਾਟ ਆਰ ਫੋਰ ਫਾਦਰਸ ਡਿਡ, ਦੇ ਡੋਨਟ ਵਾਂਟ ਅਸ ਟੂ ਰਿਅਲਾਈਜ਼ that we are the watchmen, we were the ones who were created to save humanity, to save the rest of the humanity from all these vices. But if we are taking those things in, that's it. Asi waar si us khet di, asi us khet di waar di, asi khet mein khan lappe. Bilkul kyunki jithe asi unna de hakkan li vi gal karni hai jehde aap nahi si bol sakde, asi unna de layi vi talwar chukni si ki jehde aap nahi chuk sakde. ਪਰ ਇਹਦੀ ਸੈਡ ਸਟੋਰੀ ਇਹ ਹੈ ਇਸ ਵੇਲੇ ਕਿ ਜਿਹੜਾ ਪੰਜਾਬ ਦਾ ਗੱਭਰੂ ਹੈ ਅਤੇ ਪੰਜਾਬ ਦੀ ਧੀ ਹੈ, ਮੈਂ ਨਾਲ ਬਿਲਕੁਲ ਕਹਿਣਾ ਚਾਹਾਂਗਾ ਕਿਉਂਕਿ ਸਾਡਾ ਇਤਿਹਾਸ ਗਵਾਹ ਹੈ, ਜਦੋਂ ਗੱਭਰੂ ਪੰਜਾਬ ਦੇ ਮੁੜ ਆਏ ਸੀਗੇ ਅਤੇ ਉਦੋਂ ਪੰਜਾਬ ਦੀ ਧੀ ਮਾਈ ਭਾਗੋ ਲੈ ਕੇ ਉਹਨਾਂ ਨੂੰ ਖਦਰਾਣੇ ਦੀ ਢਾਬ 'ਤੇ ਗਈ ਸੀਗੀ ਅਤੇ 40 ਮੁਕਤਿਆਂ ਨੇ ਜੰਗ ਲੜਿਆ ਸੀਗਾ। ਉੱਥੇ ਸਾਡੀ ਅਸੀਂ ਸਿੰਘਾਂ ਦੀ ਗੱਲ ਕਰਦੇ, ਉਸ ਸਿੰਘਣੀਆਂ ਦੀ ਵੀ ਨਾਲ ਕਰਨ ਦੀ ਬਹੁਤ ਜ਼ਰੂਰਤ ਹੈ। ਔਰ ਜੋ ਖਾਲਸਾ ਪੰਥ ਹੈ, ਇਟਸ ਨਾਈਦਰ ਮੇਲ ਨੋਰ ਫੀਮੇਲ, ਖਾਲਸਾ ਅਕਾਲ ਪੁਰਖ ਕੀ ਫੌਜ, ਉੱਥੇ ਜੈਂਡਰ ਇਕੁਆਲਿਟੀ ਦੀ ਗੱਲ ਕੀਤੀ ਗਈ ਹੈ, ਔਰ ਜੈਂਡਰ ਇਕੁਆਲਿਟੀ ਹੈ, ਸੋਸ਼ਲ ਇਕੁਆਲਿਟੀ ਹੈ, ਮਤਲਬ ਐਂਡਿੰਗ ਰੇਸਿਜ਼ਮ, ਇਹ ਸਾਰੀਆਂ ਗੱਲਾਂ ਅਸੀਂ ਤਾਂ ਹੀ ਕਰ ਸਕਦੇ ਜੇ ਅਸੀਂ ਖੁਦ ਸੁਚੇਤ ਹੋਵਾਂਗੇ। ਤੇ ਵੈਰੀ ਨਾਈਸ, ਪਲੀਜ਼ ਇੱਕ ਛੋਟੀ ਜਿਹੀ ਬ੍ਰੇਕ ਕੀ, ਉਹ ਤੋਂ ਬਾਅਦ ਵਾਪਸ ਆਉਂਦੇ ਹਾਂ ਇਸ ਵਿਸ਼ੇ 'ਤੇ ਕਿ ਸਾਡੇ ਪੰਜਾਬ ਦੇ ਸੀ ਐਮ ਸਾਹਿਬ ਨੇ ਜਿਹੜੀ ਫਾਂਸੀ ਦੀ ਸਜ਼ਾ। तुमसे मिले दिल मेरा दर्द करारा, कि मैं अपने बाप का बदला लेने के लिए आया हूँ। नहीं नहीं, मैं नहीं दूंगा, लोग बदला ले जाते हैं, बाप को वापस नहीं करते। Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager, and my agents.
We look forward to earn your business and we do speak your language. Thank you. Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you. Swagat, I would like to thank you for sticking with us Sunday is program de naal judan da aur ikwari fair this program is being sponsored by Panch Tara restaurant Panch Tara Leesburg de vich main hamesha kehna hunna bahut vadhiya service aur bahut quality food unna da please pay them a visit enjoy their hospitality and their food Panch Tara Leesburg Virginia de vich Pawan ji CM saab ne jadon pura Punjab ne ਤਰਥਨ ਮਚਾਇਆ ਇੱਕਦਮ ਹਾਂਜੀ ਉਹ ਕੁਰਲਾਏ ਤਾਂ ਮਜਬੂਰਨ ਮੀਟਿੰਗ ਕੀਤੀ ਔਰ ਮੀਟਿੰਗ 'ਚ ਕਿਹਾ ਕਿ ਜਿਹੜਾ ਇਹ ਚਿੱਟਾ ਵੇਚੇਗਾ ਉਹਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋਏਗੀ ਹਾਂਜੀ ਐਜ਼ ਅ ਯੂਥ ਵਾਟ ਡੂ ਯੂ ਫੀਲ ਅਬਾਊਟ ਇਟ ਆਈ ਲਾਫ ਐਟ ਇਟ ਯੂ ਲਾਫ ਐਟ ਇਟ ਇਟਸ ਰਿਡੀਕੂਲਸ ਵਾਈ ਕਿਉਂਕਿ ਉੱਥੇ ਪਹਿਲਾਂ ਨਹੀਂ ਲਾਅ ਹੈਗੇ ਪਰ ਉਹ ਲਾਅ ਲਾਗੂ ਕਿੰਨੇ ਕੁ ਹੋਏ ਨੇ ਹੁਣੇ ਅਸੀਂ ਗੱਲ ਕਰਕੇ ਹਟੇ ਕਿ ਜੇਲ੍ਹ ਦੇ ਵਿੱਚ ਡਰੱਗ ਮਿਲ ਰਹੀ ਹੈ ਸੋ ਜਿਹੜਾ ਬੰਦਾ ਕ੍ਰਾਈਮ ਕਰਕੇ ਉੱਥੇ ਆਲਰੇਡੀ ਜੇਲ੍ਹ ਚਲਾ ਗਿਆ ਜਿਹੜਾ ਹੁਣ ਇਹਨਾਂ ਦੇ ਕਹੇ ਤਾਂ ਮੰਨ ਲਓ ਵੀ ਉਮਰ ਕੈਦ ਵੀ ਕੱਟਣ ਉੱਥੇ ਚਲਾ ਗਿਆ ਤੇ ਡਰੱਗ ਤਾਂ ਉਹਨੂੰ ਉੱਥੇ ਵੀ ਮਿਲ ਰਹੀ ਹੈ ਸੋ ਆਪਾਂ ਗੱਲ ਫਿਰ ਉੱਥੇ ਗੱਲ ਵਾਪਸ ਕਰਦੇ ਹਾਂ ਕਿ ਪੰਜਾਬ ਨੂੰ ਇੰਟੈਂਸ਼ਨਲੀ ਖਤਮ ਕਰਨਾ ਚਾਹੁੰਦੇ ਨੇ ਪੰਜਾਬ ਤੋਂ ਭਾਵ ਕਿ ਜਿਹੜੀ ਸਿੱਖੀ ਦੀ ਸੋਚ ਹੈ ਦੇ ਆਰ ਐਟ ਵਾਰ ਵਿਦ ਦ ਸਿੱਖੀ They will use every weapon that is available to them. They have used tanks. They have used AK-47s. They have used fake encounters. They have put tires around our necks to try to burn us. Now, guess what? They're using this drug. So you feel it is a conspiracy? Absolutely, it's a conspiracy. Because if anything goes on in Punjab, they automatically say, oh yeah, such and such guy was trained by the ISI. If they have information down to that what is happening in Pakistan, how come they don't know what's happening in their own jails? Main mere apne niji vichar is cheez de utte eh ne ke kise crime te saza rakhde ne us kise bimari de utte haan ji sirf choti waise koi malam la deni ਉਹਦਾ ਸੋਲੂਸ਼ਨ ਨਹੀਂ ਹੈਗਾ ਨਹੀਂ ਸੋਲੂਸ਼ਨ ਯੂ ਗਾਟ ਟੂ ਹੈਵ ਦ ਰਾਈਟ ਯੂ ਗਾਟ ਟੂ ਹੈਵ ਦ ਰਾਈਟ ਰੈਮੇਡੀ ਫॉर ਇਟ ਕਿਉਂਕਿ ਹੁਣ ਆਪਾਂ ਗੱਲ ਕਰਦੇ ਹਾਂ ਕਿ 2020 ਰੈਫਰੈਂਡਮ ਦਾ ਛਾਪਾ ਲਾ ਦਿੱਤਾ ਉਹ ਇੱਕ ਕ੍ਰਾਈਮ ਹੈ ਉਹ ਇਹਨਾਂ ਨੂੰ ਪਤਾ ਲੱਗ ਗਿਆ ਕਿ ਕੋਈ 14 ਜਾਂ 15 ਸਾਲ ਦਾ ਬੱਚਾ ਕਿਹੜਾ ਛਾਪਾ ਲਾ ਕੇ ਗਿਆ ਜਿਹੜੀ ਕਰੋੜਾਂ ਰੁਪਈਆਂ ਦੀ ਰੋਜ਼ ਡਰੱਗ ਵੇਚ ਰਹੀ ਹੈ ਉਹਦਾ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੋਂ ਆ ਰਹੀ ਕੌਣ ਵੇਚ ਰਿਹਾ ਕਿੱਥੇ ਜਾ ਰਹੀ ਹੈ ਨਹੀਂ ਪਵਨ ਜੀ ਪਤਾ ਸਭ ਨੂੰ ਹੈ ਹਾਂਜੀ ਐਂਡ ਇਟ ਕੈਨ ਬੀ ਸਟਾਪਡ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਮੈਂ ਤਾਂ ਗੱਲ ਸਿਰਫ ਇਹ ਗੱਲ ਕਰਦਾ ਸਜ਼ਾ ਦੇ ਉੱਤੇ ਪਹਿਲਾਂ ਵੀ ਫਾਂਸੀਆਂ ਹੁੰਦੀਆਂ ਰਹੀਆਂ ਨੇ ਹਾਂਜੀ ਕੀ ਫਾਂਸੀਆਂ ਉਹਦੇ ਨਾਲ ਮਰਡਰਸ ਰੁਕ ਗਏ ਨਹੀਂ ਰੇਪਸ ਰੁਕ ਗਏ ਨਹੀਂ ਸੋ ਫਾਂਸੀ ਲਾਉਣ ਦੇ ਨਾਲ ਫਿਰ ਫਾਂਸੀ ਕੌਣ ਲਾਊਗਾ ਕਦੋਂ ਲਾਊਗਾ ਜਾਂ ਤਾਂ ਮੈਂ ਇਹ ਗੱਲ ਨੂੰ ਮੰਨਦਾ ਨਾ ਕਿ ਤੁਸੀਂ ਤੁਹਾਨੂੰ ਪਤਾ ਕਿ ਬੰਦਾ ਜਿਹੜਾ ਹੈ ਇਟਸ ਟਾਈਮ ਫੋਰ ਹਿਮ ਟੂ ਗੋ ਫੜਿਆ ਸ਼ੂਟ ਕੀਤਾ ਜਿਵੇਂ ਮਿਡਲ ਈਸਟ ਕਰਦੇ ਉਹ ਮਾਰਿਆ ਕੱਢ ਕੇ ਫਿਰ ਤੁਸੀਂ ਇੱਕ ਬੰਦਾ ਅਰੈਸਟ ਕੀਤਾ ਉਹਦੇ ਤੇ ਕੇਸ ਪਾਇਆ ਉਹਨੂੰ ਅੰਦਰ ਜਵਾਈਆਂ ਵਾਂਗੂ ਤੁਸੀਂ ਜੇਲ੍ਹ 'ਚ ਰੱਖਿਆ ਉਹਨੂੰ ਲੈ ਕੇ ਜਾਂਦੇ ਹੋ ਕੋਰਟ ਕਚਹਿਰੀਆਂ 'ਚ ਫਿਰ ਸਰਕਾਰੀ ਪੈਸੇ ਖਰਚ ਰਹੀ ਹੈ ਐਂਡ ਰਿਜ਼ਲਟ 'ਚ ਇਫ ਹੀ ਗੈਟਸ ਕਨਵਿਕਟਡ ਫਰੋਮ ਦ ਲੋਅਰ ਕੋਰਟ ਹਾਈ ਕੋਰਟ ਪਿਆ ਹਾਈ ਤੋਂ ਸੁਪਰੀਮ ਕੋਰਟ ਪਿਆ ਦੇਰ ਦੇਰ ਐਨ ਜੀ ਓਜ਼ ਦੈਟ ਆਰ ਅਗੇਂਸਟ ਮੌਤ ਦੀ ਸਜ਼ਾ ਦੇ ਉੱਤੇ ਕਿਉਂ ਨਹੀਂ ਸਿੱਧਾ ਜਾ ਕੇ ਆਪਣੇ ਪ੍ਰਸ਼ਾਸਨ ਨੂੰ ਆਪਣਾ ਜੋ ਹੱਥ ਵਸ ਹੈਗਾ ਸਾਰਾ ਕੁਛ ਉਹਨੂੰ ਵਰਤ ਕੇ ਹੀ ਇਸ ਚੀਜ਼ ਦੀ ਜੜ੍ਹ 'ਚ ਜਾਇਆ ਜਾਂਦਾ ਕਿਉਂਕਿ ਉਹ ਸਾਰਾ ਕੁਝ ਕਰਨਾ ਹੀ ਨਹੀਂ ਚਾਹੁੰਦੇ ਜਿਹੜੀਆਂ ਤੁਸੀਂ ਐਗਜ਼ਾਮਪਲ ਵੀ ਦਿੱਤੀਆਂ ਕਿਉਂਕਿ ਪੰਜਾਬ ਪੁਲਿਸ ਦਾ ਰੈਪੂਟੇਸ਼ਨ ਇੰਨਾ ਮਾੜਾ ਹੈ ਕਿ ਇਹਨਾਂ ਦੇ ਕੇਸ ਤਾਂ ਝੂਠੇ ਪਾਉਂਦੇ ਨੇ ਸਾਰੇ ਸੋ ਜੇ ਉੱਥੇ ਵੀ ਮਤਲਬ ਕੀ ਗਰੰਟੀ ਆ ਵੀ ਜਿਹੜੀ ਫਾਂਸੀ ਲੱਗਣੀ ਆ ਉਹ ਸਹੀ ਬੰਦੇ ਨੂੰ ਲੱਗੇਗੀ
ਹਾਂਜੀ ਬੰਦਾ ਕਿਸੇ ਨੇ ਮਾਰਿਆ ਹੁੰਦਾ ਪੇਸ਼ ਕੋਈ ਕਰ ਦਿੰਦੇ ਨੇ, ਪਰ ਆਪਾਂ ਨੂੰ ਪਹਿਲਾਂ ਪਤਾ ਵੀ ਪੁਲਿਸ ਜਿਹਦਾ ਜੀ ਖਾਤਾ ਉੱਥੇ ਚੱਕ ਚੱਟਾ ਪਾ ਦਿੰਦੀ ਹੈ, ਬਿਲਕੁਲ, ਇਹਦਾ ਮਤਲਬ ਦੁਸ਼ਮਣੀਆਂ ਫੇਰ ਕੱਢ ਲਓ, ਰਾਈਟ, ਪੈਸੇ ਫੇਰ ਕਮਾ ਲਓ, ਬਿਲਕੁਲ, ਇੱਕ ਹੋਰ ਧੰਦਾ ਨਵਾਂ ਬਣ ਗਿਆ ਪੈਸੇ ਕਮਾਉਣ ਦਾ, ਹਾਂਜੀ, ਇੱਕ ਹੋਰ ਟੈਰਰਿਜ਼ਮ ਖੜੀ ਕਰ, ਜਿਹੜੀ ਇਹਨਾਂ ਦਾ ਬਿਊਰੋਕਰੇਸੀ ਆ ਉਹ ਬਿਲਕੁਲ ਬ੍ਰਿਟਿਸ਼ ਗਵਰਨਮੈਂਟ ਵਾਲੀ ਚੱਲ ਰਹੀ ਆ, ਆਜ਼ਾਦੀ ਆਜ਼ਾਦੀ ਕਹਿ ਰਹੇ ਨੇ 47 ਦੇ ਵਿੱਚ ਆਜ਼ਾਦੀ ਮਿਲੀ, ਮੈਨੂੰ ਤਾਂ ਕੋਈ ਆਜ਼ਾਦੀ ਵਾਲਾ ਉੱਥੇ ਗੱਲਬਾਤ ਲੱਗਦੀ ਵੀ ਨਹੀਂ ਹੈ, ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਦੇ ਜਿਹੜੇ ਲਾਅ ਪਾਸ ਹੋਏ ਸੀਗੇ ਉਹ ਸੀਗੇ ਕਿ ਵੀ ਹੈਵ ਟੂ ਕੰਟਰੋਲ ਦ ਮੂਵਮੈਂਟ ਆਫ ਪੀਪਲ, ਕਿ ਇਹਨਾਂ ਨੂੰ ਗੁਲਾਮ ਬਣਾ ਕੇ ਕਿੱਦਾਂ ਰੱਖਣਾ ਹੈ, ਇੱਕ ਗੱਡੀ ਦੂਜੀ ਗੱਡੀ ਦੇ ਵਿੱਚ ਸਟੇਟ ਦੇ ਵਿੱਚ ਜਾ ਰਹੀ ਹੈ, ਉਹ ਤੁਹਾਨੂੰ ਪੁੱਛ ਰਹੇ ਨੇ ਜੀ ਪੰਜਾਬ ਵਾਲੇ ਚੰਡੀਗੜ੍ਹ ਕੀ ਕਰ ਰਹੇ ਨੇ, ਪੰਜਾਬ ਵਾਲੇ ਹਰਿਆਣੇ 'ਚ ਕੀ ਕਰਨ ਜਾ ਰਹੇ, ਇੱਥੇ ਅਸੀਂ ਵਰਜੀਨੀਆ ਸਟੇਟ ਤੋਂ ਮੈਰੀਲੈਂਡ ਜਾਈਦਾ ਭਾਵੇਂ 4 ਵਾਰੀ ਇੱਧਰ ਉੱਧਰ ਜਾ ਲਈਏ ਦਿਹਾੜੀ ਦਾ, ਸਾਨੂੰ ਕੋਈ ਰੋਕ ਕੇ ਇਹ ਨਹੀਂ ਕਹਿੰਦਾ ਵੀ ਇਹ ਵਰਜੀਨੀਆ ਦੀ ਗੱਡੀ ਮੈਰੀਲੈਂਡ ਕੀ ਕਰ ਰਹੀ ਹੈ, ਠੀਕ ਹੈ, ਇਹ ਦੀਜ਼ ਆਰ ਡੈਮੋਕ੍ਰੈਟਿਕ ਪ੍ਰਿੰਸੀਪਲਸ, ਦੀਜ਼ ਆਰ ਡੈਮੋਕ੍ਰੈਟਿਕ ਵੈਲਿਊਸ, ਦੀਜ਼ ਆਰ ਦ ਫਰੀਡਮਸ ਦੈਟ ਵੀ ਇੰਜੋਏ, ਐਂਡ ਇਫ ਇੰਡੀਆ ਰੀਅਲੀ ਸੇਜ਼ ਦੈਟ ਇਟਸ ਅ ਟਰੂ ਡੈਮੋਕ੍ਰੇਸੀ, they really need to rethink what they have done so far. ਤੁਸੀਂ ਗੱਲ ਫਰੀडम ਦੀ ਕੀਤੀ, ਮੈਂ ਫਿਰ ਆਪਣੇ ਘਰ ਵਾਪਸ ਆਉਣਾ ਹੈ, ਹਾਂਜੀ, ਜੇ ਫਰੀडम ਨੂੰ ਇੰਜੋਏ ਕਰਨਾ ਹੈ ਸਾਡੀ ਜਿਹੜੀ ਸਾਡਾ ਯੂਥ ਹੈ ਜਾਂ ਅਸੀਂ ਹੈ, ਸਾਨੂੰ ਸਾਰਿਆਂ ਨੂੰ ਇਹ ਹੰਬਲਾ ਮਾਰਦੇ ਹੀ ਰਹਿਣਾ ਪੈਣਾ ਕਿ ਅਸੀਂ ਆਪਣੇ ਕਿਰਦਾਰ ਨੂੰ ਉਸ ਤੱਕ ਰੱਖੀਏ ਕਿ ਸਾਡੀ ਰਿਸਪੈਕਟ ਬਰਕਰਾਰ ਰਹੇ, ਜਿਵੇਂ ਕਿ ਹੁਣ ਕੈਨੇਡਾ ਦੇ ਪਿੱਛੇ ਜੇ ਬੱਚੇ ਲੜੇ ਨੇ ਉਹਦਾ ਕਿੱਡਾ ਹੱਲਾ ਰੌਲਾ ਪਿਆ ਉਸ ਚੀਜ਼ ਦਾ, ਕਿੰਨਾ ਇਮੇਜ ਸਟਾਰ ਨੇ ਸ਼ੋਅ ਦਾ ਕਿੱਡਾ ਲੋਕਾਂ ਨੇ ਰੌਲਾ ਪਾਇਆ, ਸੋ ਜਿਹੜੀ ਸਾਡੀ ਇੱਥੇ ਬਾਹਰ ਬੈਠੀ ਪੰਜਾਬ ਤੋਂ ਬਾਹਰ ਬੈਠੀ ਸਾਡੀ ਕਮਿਊਨਿਟੀ ਆ, ਸਾਡੀ ਨੇ ਬੈਠੀ ਆ, ਸੋ ਵੇਅਰ ਐਵਰ ਵੀ ਆਰ ਵੀ ਹੈਵ ਟੂ ਪਲੇ ਅ ਰੋਲ, ਵੀ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ ਕਿ ਅਸੀਂ, ਕਿਉਂਕਿ ਇਹ ਗੱਲ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਤੁਸੀਂ ਮਾਈਨੋਰਟੀ ਕਮਿਊਨਿਟੀ ਹੁੰਦੇ ਹੋ ਨਾ, ਈਚ ਐਂਡ ਐਵਰੀ ਸਿੰਗਲ ਇੰਡੀਵਿਜੂਅਲ ਇਜ਼ ਦੈਟ ਇਜ਼ ਰਿਪ੍ਰੈਜ਼ੈਂਟਿੰਗ ਦ ਹੋਲ ਆਫ ਕਮਿਊਨਿਟੀ, ਕਿਉਂਕਿ ਹੁਣ ਜੇ ਇੱਕ ਪੱਗ ਵਾਲਾ ਬਾਹਰ ਜਾ ਕੇ ਦਾਰੂ ਪੀ ਕੇ ਖਰੂ ਪਾਉਂਦਾ ਤਾਂ ਲੋਕਾਂ ਨੇ ਕੀ ਕਹਿਣਾ, ਇਹ ਪੱਗਾਂ ਵਾਲਿਆਂ ਦਾ ਤਾਂ ਕੰਮ ਹੀ ਇਹੀ ਹੈ ਜੀ, ਠੀਕ ਹੈ ਨਾ, ਗੋਰੇ ਚਾਹੇ ਇੱਥੇ ਦਾਰੂ ਪੀ ਕੇ ਜਿੰਨਾ ਮਰਜ਼ੀ ਕਰੀ ਜਾਣ, ਪਰ ਕਿਉਂਕਿ ਸਿੰਸ ਦੇ ਆਰ ਮੈਜੋਰਟੀ, ਕਿਉਂਕਿ ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਜਦੋਂ ਬਿਹਾਰ ਜਾਂ ਯੂਪੀ ਵਾਲਾ ਕੋਈ ਦਾਰੂ ਪੀ ਕੇ ਰੌਲਾ ਪਾਉਂਦਾ ਉਹ ਕਹਿੰਦਾ ਭਈਏ ਨੂੰ ਫਿੱਟ ਲੜ ਰਹੀ ਹੈ, ਠੀਕ ਹੈ, ਪੱਗਾਂ ਵਾਲੇ ਉੱਥੇ ਕਰਦੇ ਨੇ, ਬਟ ਬਿਕੋਜ਼ ਪੱਗਾਂ ਵਾਲੇ ਉੱਥੇ ਮੈਜੋਰਟੀ ਦੇ ਵਿੱਚ ਨੇ, ਇਹਨਾਂ ਨੂੰ ਕਹਿਣ ਵਾਲਾ ਕੋਈ ਨਹੀਂ ਹੈ, ਪਲੱਸ ਪੱਗਾਂ ਵਾਲੇ ਖੁਦ ਗਾਣੇ ਗਵਾ ਗਵਾ ਕੇ ਨੱਚਦੇ ਨੇ ਪਾਰਟੀਆਂ 'ਤੇ ਦਾਰੂ ਵਾਲੇ, ਸੋ ਮਤਲਬ ਇਹਨਾਂ ਨੂੰ ਰੋਕੇ ਹੁਣ ਕਿਹੜਾ ਨਹੀਂ, ਇਸੇ ਕਰਕੇ ਕਹਿਣ ਵਾਲਾ ਕੋਈ ਨਹੀਂ ਤਾਂ ਬਿਮਾਰੀ ਬਣੀ ਆ, ਤਾਂ ਹੀ ਤਾਂ ਅਸੀਂ ਇੱਥੇ ਪਹੁੰਚੇ ਹਾਂ, ਜੇ ਕਹਿਣ ਵਾਲਾ ਹੁੰਦਾ ਖੜਾ ਕਰਕੇ ਸਾਡੇ ਚੰਡ ਮਾਰਨ ਵਾਲਾ ਹੁੰਦਾ ਵੀ ਪੁੱਤ ਨਹੀਂ ਪੀਣੀ, ਚਾਹੇ ਤੂੰ ਮੇਰੇ ਦੁਸ਼ਮਣ ਦਾ ਮੁੰਡਾ, ਫੀਮ ਨਹੀਂ ਖਾਣੀ, ਚਾਹੇ ਮੇਰੇ ਦੁਸ਼ਮਣ ਦਾ ਤੂੰ ਬੱਚਾ ਹੈ, ਅਸੀਂ ਇਹਨਾਂ ਹਾਲਾਤਾਂ 'ਤੇ ਨਾ ਪਹੁੰਚਦੇ, ਬਿਲਕੁਲ ਸਹੀ ਗੱਲ ਹੈ, ਬਹੁਤ ਲੰਮਾ ਹੋ ਰਿਹਾ ਜੀ, ਇਹਨੂੰ ਰੈਪ ਅਪ ਕਰਨਾ ਚਾਹੁੰਦਾ, ਅੱਗੇ ਸਾਡੀ ਦੋਨਾਂ ਦੀ ਮਾਈ ਟੀ ਵੀ ਦੀ ਇੰਟੈਂਸ਼ਨ ਇਹ ਨਹੀਂ ਕਿਸੇ ਅਸੀਂ ਰਾਜਨੀਤਿਕ ਬੰਦੇ ਨੂੰ ਥੱਲੇ ਲਾਉਣਾ, ਜਾਂ ਅਸੀਂ ਐਵੇਂ ਆਪਣੀ ਬੁੱਧੀ ਜਾਂ ਸਾਡੀ ਸੋਚ ਕਿਸੇ ਖੋਪਣੀ ਹੈ, ਵੀ ਵਾਂਟ ਟੂ ਟੱਚ ਦਿਸ ਇਸ਼ੂ ਆਫ ਡਰੱਗਸ ਫਰੋਮ ਅ ਡਿਫਰੈਂਟ ਐਂਗਲ, ਕਿ ਅਸੀਂ ਪੰਜਾਬ ਵੱਲ ਨੂੰ ਰੌਲਾ ਜੋ ਪਾ ਰਹੇ ਹਾਂ, ਅਸੀਂ ਆਪਣੀ ਜਿਹੜੀ ਇੱਥੇ ਪ੍ਰੋਬਲਮ ਹੈ ਉਹਨੂੰ ਵੀ ਅਸੀਂ ਵਾਚ ਕਰੀਏ, ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਆਉਣੀਆਂ ਨੇ, ਇਹ ਪ੍ਰੋਬਲਮ ਇੱਕ ਬਹੁਤ ਵੱਡੀ ਬਿਮਾਰੀ ਬਣ ਕੇ ਅੱਗੇ ਆ ਸਕਦੀ ਹੈ, ਉਹਨੂੰ ਹੁਣੇ ਰੋਕਣਾ ਸ਼ੁਰੂ ਕਰੀਏ, ਸੋ ਮੇ ਬੀ ਐਜ਼ ਏ ਪੇਰੈਂਟ ਔਰ ਐਜ਼ ਏ ਐਲਡਰ ਇਨ ਆਰ ਕਮਿਊਨਿਟੀ, ਵੀ ਨੀਡ ਟੂ ਪੁੱਟ ਅ ਫੁੱਟ ਡਾਊਨ ਐਂਡ ਮੇਕ ਸ਼ੋਰ ਕਿ ਸਾਡਾ ਜਿਹੜਾ ਯੂਥ ਹੈ ਦੇ ਸਟੇ ਔਨ ਦ ਰਾਈਟ ਟਰੈਕ, ਸਾਡੇ ਦੋਨਾਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਦਾਬ, ਨਮਸਕਾਰ, ਇਹ ਦੁਆਵਾਂ ਕਿ ਵਾਹਿਗੁਰੂ ਅੱਲਾਹ ਤਾਲਾ ਤੁਹਾਡੀ ਹਰ ਮੁਰਾਦ ਪੂਰੀ ਕਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।